ਹਾਂਜੀ, ਗੁੱਡ ਇਵਨਿੰਗ। ਗੁੱਡ ਇਵਨਿੰਗ, ਨਮਸਕਾਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਰਾਜਵਿੰਦਰ, ਰਾਜਵੰਤ, ਕੁਲਦੀਪ, ਨੈਬ, ਵਨੀਤਾ, ਗੁਰਪ੍ਰੀਤ, ਮਨਦੀਪ, ਮਨਪ੍ਰੀਤ, ਗਗਨ, ਜਗਜੀਤ, ਪੂਨਮ, ਮਨਦੀਪ, ਜਸਵਿੰਦਰ ਸ਼ਰਮਾ, ਮਨਪ੍ਰੀਤ, ਸਰਵਜੀਤ, ਗੁਰਪਿਆਰ, ਕਮਲਜੀਤ, ਮੋਹਿਤ, ਗੁਰਪਿਆਰ, ਗੁਰਪ੍ਰੀਤ, ਮਮਤਾ, ਵੀਰਪਾਲ, ਸਰਬਜੀਤ ਕੌਰ, ਰਵੀਨਾ, ਅਮਨਦੀਪ, ਮਨਜੀਤ, ਮਨਮੀਤ, ਵੀਨੂ, ਜਸਪਾਲ, ਅੰਗਦ, ਕ੍ਰਿਸ਼ਟੀਨਾ, ਵਿਕਾਸ, ਕਰਮਜੀਤ, ਇੰਦਰਜੀਤ, ਸ਼ੀਨੂ, ਸਰਬਜੀਤ, ਬਲਵਿੰਦਰ, ਵੀਰਪਾਲ, ਓਮ ਪ੍ਰਕਾਸ਼, ਜਸਵਿੰਦਰ, ਨਰਿੰਦਰ, ਭੁਪਿੰਦਰ, ਕਿਰਨ, ਵੰਸ਼ਿਕਾ, ਪੂਨਮ ਵਰਮਾ, ਬੇਅੰਤ ਸਿੰਘ, ਨਿਰਮਲਾ ਜੀ। ਵੈਰੀ ਗੁੱਡ ਇਵਨਿੰਗ ਜੀ। ਹਾਂਜੀ ਹਾਂਜੀ, ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਸੁਨੀਤਾ, ਨਰਿੰਦਰ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਸਾਰਿਆਂ ਨੂੰ। ਹਾਂਜੀ, ਤਾਂ ਸ਼ੁਰੂ ਕਰਦੇ ਕਲਾਸ ਆਪਾਂ ਬਈ ਅੱਜ ਦੀ। ਦੇਖਦੇ ਹਾਂ, ਅੱਜ ਅਸੀਂ ਕਰਾਂਗੇ ਕ੍ਰਾਂਤੀਕਾਰੀ ਅੰਦੋਲਨ। ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਵੀ ਜਿਹੜੇ ਤੁਹਾਨੂੰ ਆਪਾਂ ਕੱਲ ਵੀ ਆਪਾਂ ਗੱਲ ਹੋ ਚੁੱਕੀ ਸੀ ਇਹਦੇ ਵਿੱਚ ਹੀ, ਵੀ ਭਿੰਦਾ, ਸੁਨੀਤਾ, ਜਗਸੀਰ, ਗੁੱਡ ਈਵਨਿੰਗ ਜੀ। ਹਾਂਜੀ, ਗੁਰਦੀਪ, ਥੈਂਕ ਯੂ ਜੀ, ਲਾਈਕ ਜ਼ਰੂਰ ਕਰ ਦਿਓ ਬਈ, ਸ਼ੇਅਰ ਜ਼ਰੂਰ ਕਰ ਦਿਓ। ਚਲੋ ਸ਼ੁਰੂ ਕਰਦੇ ਹਾਂ ਬਈ। ਦੇਖੋ, ਕਾਂਗਰਸ ਦੇ ਵਿੱਚ ਵੀ ਉਗਰਵਾਦੀ ਵਿਚਾਰ ਸ਼ੁਰੂ ਹੋ ਚੁੱਕੇ ਸੀਗੇ। ਸੂਰਤ ਜਿਹੜਾ ਸੰਮੇਲਨ ਹੋਇਆ ਸੀਗਾ, ਜਿਹਦੇ ਵਿੱਚ ਕਾਂਗਰਸ ਦੀ ਵੰਡ ਹੋ ਗਈ ਸੀ, ਆਪਾਂ ਪੜਾਂਗੇ ਇਹਨੂੰ ਅੱਜ। ਤੇ ਵੈਸੇ ਵੀ ਬਹੁਤ ਸਾਰੇ ਕਾਰਨ ਸੀਗੇ, ਇੰਟਰਨੈਸ਼ਨਲ ਫੈਕਟਰਸ ਬਹੁਤ ਸਾਰੇ ਸੀਗੇ, ਜਿਹਦੇ ਕਰਕੇ ਇੰਡੀਆ ਦੇ ਵਿੱਚ ਕ੍ਰਾਂਤੀਕਾਰੀ ਜਿਹੜੇ ਅੰਦੋਲਨ ਸੀ ਉਹ ਸਟਾਰਟ ਹੋਏ ਸੀਗੇ, ਠੀਕ ਹੈ, ਜਾਂ ਉਗਰਵਾਦੀ ਅੰਦੋਲਨ ਜਿਹੜਾ ਸਟਾਰਟ ਹੋਇਆ ਸੀਗਾ। ਠੀਕ ਹੈ ਜੀ, ਇਹ ਪਿਕਚਰ ਮੈਂ ਲਾਈ ਹੈ। ਦੇਖੋ, ਕਕੌਰੀ ਕਾਂਡ ਹੋਇਆ ਸੀਗਾ, ਤਾਂ ਫੇਮਸ ਕਾਂਡ ਹੋਇਆ ਸੀ ਇਹਦੇ ਵਿੱਚ, ਕਿੱਥੋਂ ਕਿਵੇਂ ਲੁੱਟਿਆ ਗਿਆ ਸੀ ਹੈ ਨਾ, ਤਾਂ ਸੋਨਾ ਲੁੱਟਿਆ ਗਿਆ ਸੀਗਾ, ਸਰਕਾਰੀ ਖਜ਼ਾਨਾ ਲੁੱਟਿਆ ਗਿਆ ਸੀਗਾ, ਤਾਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਚਲੋ ਸ਼ੁਰੂ ਕਰਦੇ ਹਾਂ ਕਲਾਸ, ਆਪਣਾ ਕੁਸ਼ਚਨ ਦੇਖਦੇ ਹਾਂ, ਫਸਟ ਕੁਸ਼ਚਨ ਦੇਖਦੇ ਹਾਂਗੇ। ਤਾਂ ਫਸਟ ਕੁਸ਼ਚਨ ਦੇਖੋ ਕੀ ਕਹਿ ਰਿਹਾ ਹੈਗਾ। ਹਾਂਜੀ, ਨਮਸਕਾਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਜਿਹੜੇ ਬਾਅਦ ਵਿੱਚ ਆਏ ਹੋਗੇ। ਚਲੋ, ਤਾਂ ਬੜੀ ਸੋਹਣੀ ਜਿਹੀ ਪਿਕਚਰ ਲੱਗੀ ਮੈਨੂੰ ਇਹ, ਕਿ ਮੈਂ ਲੈ ਲਈ ਪਿਕਚਰ ਇਹ। ਤਾਂ ਭਾਰਤੀ ਰਾਸ਼ਟਰੀ ਸੈਨਾ ਦਾ ਗਠਨ ਕਦੋਂ ਅਤੇ ਕਿਸਨੇ ਕੀਤਾ ਸੀ ਬਈ? ਭਾਰਤੀ ਰਾਸ਼ਟਰੀ ਸੈਨਾ ਦਾ ਜਿਹੜਾ ਗਠਨ ਹੋਇਆ ਸੀ ਉਹ ਕਿਸਨੇ ਕੀਤਾ ਸੀਗਾ? ਤਾਂ ਇਸ ਸੈਨਾ ਦਾ ਜਿਹੜਾ ਗਠਨ ਕੀਤਾ ਗਿਆ ਸੀਗਾ, ਇਹਨਾਂ ਨੇ ਬਾਅਦ ਦੇ ਵਿੱਚ ਆਜ਼ਾਦ ਹਿੰਦ ਫੌਜ ਦੀ ਜਿਹੜੀ ਸੀ ਉਹ ਵਾਗਡੋਰ ਸੰਭਾਲੀ ਸੀ ਜੀ। ਠੀਕ ਹੈ, ਹਾਂਜੀ, ਤਾਂ ਇਹਦਾ ਹੋਊਗਾ ਜੀ ਆਂਸਰ 1943, ਸੁਭਾਸ਼ ਚੰਦਰ ਬੋਸ ਦੁਆਰਾ ਇਹਦੀ ਸਥਾਪਨਾ ਜਿਹੜੀ ਸੀ ਉਹ ਕੀਤੀ ਗਈ ਸੀ ਜੀ। ਠੀਕ ਹੈ ਜੀ, ਹਾਂਜੀ, ਤਾਂ 1943 ਵਨ ਆਊਗਾ ਆਂਸਰ ਬਈ। ਚਲੋ, ਤੁਹਾਨੂੰ ਪਤਾ ਹੋ ਸਕਦਾ ਵੀ ਇਹਦਾ ਆਂਸਰ। ਸੈਕਿੰਡ ਕੁਸਚਨ ਦੇਖਦੇ ਹਾਂ ਜੀ, ਇਹਨਾਂ ਵਿੱਚੋਂ ਕਿਹੜੀ ਜੋੜੀ ਸਹੀ ਹੈ ਜਾਂ ਕਿਹੜਾ ਜੋੜਾ ਸਹੀ ਹੈ ਇਹਦੇ ਵਿੱਚੋਂ? ਰਾਮ ਪ੍ਰਸਾਦ ਬਿਸਮਿਲ ਦੇ ਖਿਲਾਫ ਦੂਜਾ ਲਾਹੌਰ ਸਾਜਿਸ਼ ਕੇਸ ਹੋਇਆ ਸੀ, ਨਹੀਂ ਹੋਇਆ ਸੀ ਬਈ, ਇਹ ਕਕੌਰੀ ਕਾਂਡ ਦੇ ਨਾਲ ਸੰਬੰਧੀ ਸੀਗੇ। ਸੂਰਿਆ ਸੇਨ ਦਾ ਝਟਕਾਓ ਦੇ ਵਿੱਚ ਹੋਇਆ ਸੀ 1930 ਦੇ ਵਿੱਚ, ਇਹਨਾਂ ਨੇ ਜਿਹੜਾ ਝਟਕਾਓ ਦੇ ਵਿੱਚ ਜਿਹੜਾ ਹਥਿਆਰ ਸੀ ਉਹ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ। ਭਗਤ ਸਿੰਘ ਦੇ ਉੱਪਰ ਕਕੌਰੀ ਕਾਂਡ ਨਹੀਂ ਹੋਇਆ ਸੀ, ਚੰਦਰ ਸ਼ੇਖਰ ਆਜ਼ਾਦ ਦੇ ਉੱਪਰ ਵੀ ਦਿੱਲੀ ਬੰਬ ਕਾਂਡ ਨਹੀਂ ਹੋਇਆ ਸੀ, ਤਾਂ ਇਹਦਾ ਆਂਸਰ ਕੀ ਆਜੂਗਾ ਜੀ ਸਾਡਾ ਜੀ? ਇਹਦਾ ਆਂਸਰ ਆਜੂਗਾ ਸੈਕਿੰਡ, ਸੂਰਿਆ ਸੇਨ। ਸੂਰਿਆ ਸੇਨ ਇੱਕ ਬੰਗਾਲ ਦੇ ਬਹੁਤ ਵੱਡੇ ਕ੍ਰਾਂਤੀਕਾਰੀ ਸੀਗੇ। ਹਾਂਜੀ, ਗੁੱਡ ਈਵਨਿੰਗ ਸਾਰਿਆਂ ਨੂੰ, ਨਮਸਕਾਰ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਾਂ ਇਹਦਾ ਆਊਗਾ ਜੀ ਸੂਰਿਆ ਸੇਨ। ਸੂਰਿਆ ਸੇਨ ਇੱਕ ਬਹੁਤ ਵੱਡੇ ਕ੍ਰਾਂਤੀਕਾਰੀ ਸੀ ਬੰਗਾਲ ਦੇ ਵਿੱਚ ਬਈ, ਤਾਂ ਇਹਨਾਂ ਨੇ ਝਟਕਾਓ ਦੇ ਵਿੱਚ ਇੱਕ ਹਥਿਆਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ, ਤਾਂ ਠੀਕ ਹੈ ਜੀ, ਤਾਂ ਇਹਦਾ ਆਂਸਰ ਆਜੂਗਾ ਸਾਡਾ ਸੂਰਿਆ ਸੇਨ। ਨੈਕਸਟ ਹੈ ਬਈ, ਲਾਹੌਰ ਸਾਜਿਸ਼ ਕੇਸ ਦੇ ਮਾਮਲੇ ਦੇ ਵਿੱਚ ਕਿਹਨੂੰ ਕਿਹਨੂੰ ਸਜ਼ਾ ਹੋਈ ਸੀ? ਲਾਹੌਰ ਸਾਜਿਸ਼ ਕੇਸ ਜਾਂ ਫਿਰ ਇਹਨੂੰ ਅਸੀਂ ਸਾਂਡਰਸ ਹੱਤਿਆਕਾਂਡ ਵੀ ਕਹਿ ਸਕਦੇ ਹਾਂਗੇ, ਇਹ ਦੋ ਮਾਮਲੇ ਸੀ ਜਿਹਦੇ ਵਿੱਚ ਇਹਨਾਂ ਦੋ ਬੰਦਿਆਂ ਨੂੰ, ਮਤਲਬ ਤਿੰਨ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ। ਤਾਂ ਕਿਹੜੇ ਕਿਹੜੇ ਸੀ ਇਹਦੇ ਵਿੱਚ ਬਈ? ਰਾਮ ਪ੍ਰਸਾਦ ਬਿਸ਼ਮਿਲ ਸੀਗੇ, ਰੋਸ਼ਨ ਸਿੰਘ ਜਾਂ ਰੋਸ਼ਨ ਲਾਲ ਵੀ ਕਿਹਾ ਜਾਂਦਾ ਇਹਨਾਂ ਨੂੰ, ਤਾਂ ਇਹਨਾਂ ਨੂੰ ਤਾਂ ਕਕੌਰੀ ਕਾਂਡ ਦੇ ਮਾਮਲੇ ਦੇ ਵਿੱਚ ਹੋਈ ਸੀਗੀ। ਸੁਖਦੇਵ ਤੇ ਰਾਜਗੁਰੂ, ਇਹਨਾਂ ਦਾ ਆਂਸਰ ਆਊਗਾ, ਸੁਖਦੇਵ ਤੇ ਰਾਜਗੁਰੂ ਨੂੰ ਹੋਈ ਸੀਗੀ ਲਾਹੌਰ ਸਾਜਿਸ਼ ਜਾਂ ਫਿਰ ਜਿਹੜਾ ਤੁਹਾਡਾ
ਸਾਂਡਰਸ ਕਤਲ ਮਾਮਲੇ ਦੇ ਵਿੱਚ। ਤਾਂ ਤੀਸਰਾ ਅਤੇ ਚੌਥਾ ਆਪਸ਼ਨ ਸਾਡਾ ਕੀ ਬਣ ਜੂਗਾ, ਬਿਲਕੁਲ ਕਰੈਕਟ ਬਣ ਜੂਗਾ ਜੀ। ਤਾਂ ਇਹਦਾ ਆਂਸਰ ਕੀ ਆ ਜੂਗਾ ਸਾਡਾ ਜੀ, ਥਰਡ ਐਂਡ ਫੋਰਥ ਆਂਸਰ ਆ ਜੂਗਾ ਇਹਦਾ, ਠੀਕ ਹੈ ਜੀ। ਚਲੋ ਅੱਗੇ ਦੇਖਦੇ ਹਾਂ, ਸ਼ੇਅਰ ਜ਼ਰੂਰ ਕਰਦੇ ਜਾਇਓ ਬਈ, ਲਾਈਕ ਜ਼ਰੂਰ ਕਰਦੇ ਜਾਇਓ ਸਾਰੇ ਨਾਲ ਨਾਲ, ਠੀਕ ਹੈ। ਹਾਂਜੀ, ਕਥਨ ਦੇਖੋ, ਕਥਨ ਦੇ ਕਾਰਨ ਬਾਰੇ ਕੁਸ਼ਚਨ ਇਹਦੇ ਵਿੱਚ ਪਵਾਇਆ ਮੈਂ ਹਿਸਟਰੀ ਦੇ ਵਿੱਚ ਵੀ। ਤਾਂ ਹਿਸਟਰੀ ਦੇ ਅੰਦਰ ਵੀ ਕਨਸੈਪਚੁਅਲ ਚੀਜ਼ਾਂ ਪੁੱਛੀਆਂ ਜਾ ਸਕਦੀਆਂ ਨੇ, ਇਹਦੇ ਕਰਕੇ ਤੁਹਾਨੂੰ ਫੈਕਟ ਵੀ ਜ਼ਰੂਰੀ ਹੈ ਅਤੇ ਕਨਸੈਪਟ ਵੀ ਜ਼ਰੂਰੀ ਹੈਗਾ। ਕਈ ਵਾਰ ਨਾ ਕਨਸੈਪਚੁਅਲ ਕੁਸ਼ਚਨ ਵੀ ਪੁੱਛਿਆ ਨੇ ਹਿਸਟਰੀ ਦੇ ਵਿੱਚ, ਆਪਾਂ ਦੇਖਾਂ ਇੱਕ ਦੋ ਕੁਸ਼ਚਨ ਜਿਹੜੇ ਕਨਸੈਪਚੁਅਲ ਵੀ ਆਏ ਹੋਏ ਨੇ ਇਹਦੇ ਵਿੱਚ। ਤਾਂ ਕਥਨ ਏ ਕੀ ਕਹਿੰਦਾ, ਦੇਖੋ ਕਥਨ ਕੀ ਕਹਿੰਦਾ ਹੈ, ਕਹਿੰਦਾ ਸੰਨ 1909 ਦੇ ਵਿੱਚ ਬੰਗਾਲ ਦੀ ਵੰਡ ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਨਰਮ ਦਲੀਆਂ ਦੀ ਭੂਮਿਕਾ ਜਿਹੜੀ ਸੀ ਉਹ ਕੀ ਹੋ ਗਈ ਸੀ, ਉਹ ਸਮਾਪਤ ਹੋ ਗਈ ਸੀਗੀ, ਠੀਕ ਹੈ ਜੀ। ਤਾਂ ਨਰਮ ਦਲੀਆਂ ਦੀ ਭੂਮਿਕਾ ਕੀ ਸਮਾਪਤ ਹੋ ਗਈ ਸੀ ਭਾਰਤੀ ਰਾਸ਼ਟਰੀ ਅੰਦੋਲਨ ਵਿੱਚ? ਨਹੀਂ, ਸਮਾਪਤ ਨਹੀਂ ਹੋਈ ਸੀਗੀ। ਹਾਂ, ਇੰਨਾ ਜ਼ਰੂਰ ਹੈ ਵੀ ਉਹ ਥੋੜ੍ਹਾ ਜਿਹਾ ਐਕਟਿਵ ਹੋ ਗਏ ਸੀ ਗਰਮ ਦਲੀ, ਉਸ ਤੋਂ ਬਾਅਦ 1905 ਤੋਂ ਬਾਅਦ ਜ਼ਿਆਦਾ ਐਕਟਿਵ ਹੋ ਗਏ ਸੀਗੇ ਉਹ, ਪਰ ਇਹਨਾਂ ਦੀ ਭੂਮਿਕਾ ਸਮਾਪਤ ਨਹੀਂ ਹੋਈ ਸੀਗੀ, ਠੀਕ ਹੈ ਜੀ। ਤਾਂ ਇਹ ਸਰਵਾਈਵ ਕਰ ਰਹੇ ਸੀ ਕਾਂਗਰਸ ਦੇ, ਉਸ ਤੋਂ ਬਾਅਦ ਜਾ ਕੇ ਇਹਨਾਂ ਦਾ ਵਾਅਦੇ ਵਿੱਚ ਸਮਝੌਤਾ ਵੀ ਹੋਇਆ ਜਾਂਦਾ ਹੈਗਾ। ਕਾਰਨ ਕੀ ਹੈ ਬਈ, ਇਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੂਰਤ ਸੰਮੇਲਨ ਨੇ ਗਰਮ ਦਲੀਆਂ ਨੂੰ ਨਰਮ ਦਲੀਆਂ ਤੋਂ ਕੀ ਕਰਤਾ ਸੀ, ਅਲੱਗ ਕਰਤਾ ਸੀ। ਤਾਂ ਇਹ ਤਾਂ ਗੱਲ ਲੱਗਦੀ ਸਾਨੂੰ ਬਿਲਕੁਲ ਸਹੀ ਬਈ, ਠੀਕ ਹੈ ਜੀ। ਸਾਡੀ ਪਹਿਲਾ ਜਿਹੜਾ ਸਾਡਾ ਕਥਨ ਹੈ ਸਹੀ ਨਹੀਂ ਹੈਗਾ, ਇਸ ਕਰਕੇ ਦਾ ਆਪਸ ਦੇ ਵਿੱਚ ਕੋਈ ਮੈਚ ਨਹੀਂ ਕਰਦਾ ਹੈਗਾ, ਇਸ ਕਰਕੇ ਕੀ ਬਣੂਗਾ ਇਹਦਾ ਆਂਸਰ? ਤਾਂ ਏ ਸਾਡਾ ਗਲਤ ਹੈ, ਆਰ ਸਾਡਾ ਸਹੀ ਹੈ। ਤਾਂ ਇਹਦਾ ਆਂਸਰ ਸਾਡਾ ਬਣੂਗਾ ਜੀ ਫੋਰਥ ਆਂਸਰ ਬਣੂਗਾ, ਠੀਕ ਹੈ ਜੀ, ਡੀ ਆਂਸਰ ਬਣ ਜੂਗਾ ਇਹਦਾ ਜੀ, ਠੀਕ ਹੈ। ਚਲੋ, ਇੰਪੋਰਟੈਂਟ ਚੈਪਟਰ ਤੁਹਾਡਾ ਬਈ ਇਹ। ਤਾਂ ਮਤਲਬ ਇਹ ਮੰਨ ਲਓ ਵੀ ਤੁਹਾਡੇ ਇਸ ਚੈਪਟਰ ਦੇ ਵਿੱਚੋਂ 2 ਜਾਂ 3 ਨੰਬਰ ਦਾ ਤੁਸੀਂ ਆਪਣੇ ਪੱਕੇ ਕਰਕੇ ਚੱਲੋ ਬਈ, 2 ਜਾਂ 3 ਨੰਬਰ ਦਾ ਤੁਹਾਡੇ ਇਹਦੇ ਵਿੱਚੋਂ ਆਉਣੇ ਆਉਣੇ ਨੇਗੇ। ਤਾਂ 2 ਜਾਂ 3 ਨੰਬਰ ਤੁਸੀਂ ਆਪਣੀ ਝੋਲੀ ਦੇ ਵਿੱਚ ਪਾ ਲਓ, ਠੀਕ ਹੈ ਜੀ। ਤੁਸੀਂ ਇਹਨੂੰ ਆਪਣਾ ਇੱਕ ਗੱਲਾ ਲਾ ਲਓ, ਗੱਲੇ ਦੇ ਵਿੱਚ ਤੁਸੀਂ ਸੁੱਟੀ ਚੱਲੋ ਵੀ ਇਸ ਚੈਪਟਰ ਦੇ ਵਿੱਚ ਆਹ ਚੱਕ ਵੀ 5 ਨੰਬਰ ਆ ਗਏ ਨਾ, ਆਹ ਚੱਕ ਵੀ 4 ਨੰਬਰ ਆ ਗਏ ਇਹਦੇ ਵਿੱਚੋਂ, ਹੈ ਨਾ। ਤਾਂ ਸਾਰੇ ਨੰਬਰ ਤੁਸੀਂ ਪੱਕੇ ਕਰ ਕਰਕੇ ਚੱਲੀ ਚੱਲੋ ਬਈ, ਠੀਕ ਹੈ ਜੀ। ਚਲੋ, ਜਿਹੜੇ ਉਗਰਸਵਾਦ ਸੀ ਉਹਨੂੰ ਅਸੀਂ ਗਰਮ ਦਲ ਦੇ ਆਖ ਦਿੰਦੇ ਹਾਂ, ਜਿਹੜੇ ਮਤਲਬ ਗੱਲਬਾਤ ਦੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਸੀਗੇ। 1885 ਤੋਂ ਲੈ ਕੇ 1905 ਤੱਕ ਦਾ ਨਰਮ ਦਲੀਆਂ ਦਾ ਦੌਰ ਰਿਹਾ ਹੈਗਾ, ਠੀਕ ਹੈ ਬਈ। ਜਾਣਕਾਰੀ ਨੂੰ ਕਰੈਕਟ ਕਰੋ ਬਈ ਆਪਣੀ, ਕਿਰਨ ਕੁਮਾਰ ਕਿਰਨ। 1904 ਦੇ ਵਿੱਚ ਜਿਹੜਾ ਕ੍ਰਾਂਤੀਕਾਰੀ ਸੰਗਠਨ ਸੀ ਅਭਿਨਵ ਭਾਰਤ, ਠੀਕ ਹੈ, ਜਿਹੜਾ ਅਭਿਨਵ ਭਾਰਤ ਸੀ ਬਈ, ਇਹ ਸੰਗਠਨ ਜਿਹੜਾ ਸੀਗਾ ਇਹ ਕਿੱਥੇ ਗਠਿਤ ਕੀਤਾ ਗਿਆ ਸੀ ਤੇ ਆਪਾਂ ਦੇਖਾਂਗੇ ਇਹਦੇ ਬਾਰੇ, ਮੈਂ ਤੁਹਾਨੂੰ ਕੰਪਲੀਟ ਜਾਣਕਾਰੀ ਨਹੀਂ ਦਿੰਦਾ, ਪਰ ਇਹ ਆਊਗਾ ਜੀ ਅੱਗੇ। ਹਾਂਜੀ, ਤਾਂ ਕ੍ਰਾਂਤੀਕਾਰੀ ਜਿਹੜਾ ਅਭਿਨਵ ਭਾਰਤ ਸੰਗਠਨ ਸੀ ਬਈ ਇਹ, ਠੀਕ ਹੈ। ਇਸ ਸੰਗਠਨ ਨੂੰ ਪਹਿਲਾਂ ਅਸੀਂ ਦੇਖਾਂਗੇ, ਪਹਿਲਾਂ ਇਹਨੂੰ ਮਿੱਤਰ ਮੇਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਬਾਅਦ ਦੇ ਵਿੱਚ ਇਹਦਾ ਨਾਮ ਅਭਿਨਵ ਭਾਰਤ ਜਿਹੜਾ ਸੀ ਰੱਖ ਦਿੱਤਾ ਗਿਆ ਸੀ। ਤਾਂ ਇਹਦਾ ਗਠਨ ਹੋਇਆ ਸੀ ਜੀ ਮਹਾਰਾਸ਼ਟਰ ਦੇ ਵਿੱਚ, ਠੀਕ ਹੈ ਜੀ। ਤਾਂ ਆਂਸਰ ਆਊਗਾ ਇਹਦਾ ਜੀ ਮਹਾਰਾਸ਼ਟਰ, ਠੀਕ ਹੈ, 5th ਦਾ ਆਂਸਰ ਸਾਡਾ ਡੀ ਬਣੂਗਾ ਬਈ ਇਹ। ਹਾਂਜੀ, ਨੈਕਸਟ ਹੈ, ਅਭਿਨਵ ਭਾਰਤ ਨਾਮਕ ਅੰਗਰੇਜ਼ ਵਿਰੋਧੀ ਸੰਗਠਨ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਜਾਂ ਸਥਾਪਨਾ ਕੀਤੀ ਸੀ ਉਹ ਕਿਹਦੇ ਦੁਆਰਾ ਕੀਤੀ ਗਈ ਸੀ, ਠੀਕ ਹੈ ਜੀ। ਅਭਿਨਵ ਭਾਰਤ ਜਿਹੜਾ ਸੰਗਠਨ ਹੋਇਆ ਸੀਗਾ, ਤਾਂ 1899 ਦੇ ਵਿੱਚ ਇੱਕ ਸੰਗਠਨ ਬਣਿਆ ਸੀ ਮਿੱਤਰ ਮੇਲਾ, ਮਿੱਤਰ ਮੇਲਾ। ਇਸੇ ਸੰਗਠਨ ਨੂੰ ਬਾਅਦ ਵਿੱਚ ਇੱਕ ਨਾਮ ਦਿੱਤਾ ਗਿਆ ਸੀ, ਨਵਾਂ ਨਾਮ ਦਿੱਤਾ ਗਿਆ ਸੀ, ਤਾਂ ਉਹ 1904 ਦੇ ਦਿੱਤਾ ਗਿਆ ਸੀ, ਜਿਹਦਾ ਨਾਮ ਸੀ ਅਭਿਨਵ ਭਾਰਤ। ਤਾਂ ਇਹਦਾ ਜਿਹੜੀ ਸਥਾਪਨਾ ਕੀਤੀ ਸੀ, ਇਹਦਾ ਜਿਹੜਾ ਗਠਨ ਕੀਤਾ ਸੀ ਉਹ ਕੀਤਾ ਸੀ ਦਾਮੋਦਰ ਸਾਵਰਕਰ ਨੇ, ਠੀਕ ਹੈ ਜੀ, ਬੀ ਡੀ ਸਾਵਰਕਰ ਜੀ ਨੂੰ ਬੋਲ ਦਿੰਦੇ ਅਸੀਂ। ਤਾਂ ਇਹਦਾ ਆਂਸਰ ਬੀ ਆਊਗਾ ਵੀ, 6th ਦਾ ਬੀ ਆਊਗਾ ਆਂਸਰ। ਨੈਕਸਟ ਹੈ, ਬਿਲਕੁਲ ਸੇਮ ਕੁਸਚਨ ਇਹਦੇ ਬਾਰੇ ਬਣੂਗਾ, ਇਹ ਕੁਸਚਨ ਤੁਹਾਨੂੰ ਪੁੱਛੂਗਾ ਜੀ ਮਿੱਤਰ ਮੇਲਾ ਬਾਰੇ ਪੁੱਛ ਸਕਦਾ, ਅਭਿਨਵ ਭਾਰਤ ਬਾਰੇ ਵੀ ਤੁਹਾਨੂੰ ਕੁਸਚਨ ਬਣਾ ਕੇ ਪੁੱਛ ਸਕਦਾ ਹੈਗਾ ਇਹ।
ਤਾਂ ਹੇਠ ਲਿਖਿਆਂ ਵਿੱਚੋਂ ਕਿਸਨੇ ਮਿੱਤਰ ਮੇਲਾ ਸੰਗਠਨ ਨੂੰ ਜਿਹੜਾ ਸੀ ਉਹ ਸ਼ੁਰੂ ਕੀਤਾ ਸੀਗਾ, ਠੀਕ ਹੈ, ਤਾਂ ਮਿੱਤਰ ਮੇਲਾ ਨੂੰ ਸ਼ੁਰੂ ਕਰਨ ਵਾਲਾ ਸੀ 1899 ਦੇ ਵਿੱਚ ਮਿੱਤਰ ਮੇਲਾ ਦੀ ਸ਼ੁਰੂਆਤ ਕੀਤੀ ਸੀ, ਤੇ 1904 ਦੇ ਵਿੱਚ ਜਾ ਕੇ ਇਹੀ ਮਿੱਤਰ ਮੇਲਾ ਜਵਾਬ ਦੇ ਵਿੱਚ ਅਭਿਨਵ ਭਾਰਤ ਦੇ ਨਾਮ ਦੇ ਉੱਪਰ ਜਿਹੜਾ ਸੀਗਾ ਸੰਗਠਨ ਇਹ ਬਣਿਆ ਸੀਗਾ। ਤਾਂ ਇਹਨੇ ਕਾਫੀ ਕ੍ਰਾਂਤੀਕਾਰੀ ਗਤੀਵਿਧੀਆਂ ਕੀਤੀਆਂ। ਇਸ ਦਾ ਵਿਨਾਇਕ ਦਮੋਦਰ ਸਾਵਰਕਰ ਜਾਂ ਵੀਰ ਦਮੋਦਰ ਸਾਵਰਕਰ ਦਾ ਵੀ ਨਾਮ ਇਹਦਾ ਅਸੀਂ ਲੈਂਦੇ ਹੁੰਦੇ ਹਾਂਗੇ। ਚਲੋ ਅੱਗੇ ਦੇਖਦੇ ਹਾਂ ਜੀ, 8th ਨੰਬਰ ਕੁਐਸਚਨ ਦੇਖਦੇ ਹਾਂ। ਜੇਲ੍ਹ ਜਿਸ ਵਿੱਚ ਵਿਨਾਇਕ ਦਾਮੋਦਰ ਸਾਵਰਕਰ, ਭਾਈ ਪਰਮਾਨੰਦ ਅਤੇ ਆਸ਼ੂਤੋਸ਼ ਲੈੜੀ ਨੇ ਆਪਣਾ ਜਿਹੜਾ ਕੈਦੀ ਜੀਵਨ ਬਤੀਤ ਕੀਤਾ ਸੀ ਉਹ ਸੀ ਕਿਹੜੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਸੀ? ਕਾਲਾਪਾਣੀ ਜੇਲ੍ਹ ਜਿਹਨੂੰ ਅਸੀਂ ਆਖਦੇ ਹਾਂਗੇ। ਤਾਂ ਅੱਜ ਕੱਲ੍ਹ ਇਸ ਜੇਲ੍ਹ ਨੂੰ ਅਸੀਂ ਜਿਹੜਾ ਹੈਗਾ ਸਾਡਾ ਇੱਕ ਮਿਊਜ਼ੀਸ਼ ਜਿਹੜਾ ਕੀ ਬੋਲਦੇ ਨੇ ਉਹਨੂੰ ਅਸੀਂ ਸੰਗ੍ਰਹਾਲਿਆ ਜਾਂ ਫਿਰ ਅਸੀਂ ਦੇ ਤੌਰ 'ਤੇ ਉਹਨੂੰ ਸੰਗ੍ਰਹਿਤ ਕੀਤਾ ਹੋਇਆ ਬਈ। ਤਾਂ ਇਹ ਕਿਹੜੀ ਜੇਲ੍ਹ ਆ? ਬਈ ਕਾਲਾਪਾਣੀ ਜੇਲ੍ਹ ਹੈ, ਸੈਲਬਰਲ ਜੇਲ੍ਹ ਜਿਹਨੂੰ ਅਸੀਂ ਆਖਦੇ ਹਾਂਗੇ, ਠੀਕ ਹੈ ਜੀ। ਇੱਕ ਮਿਊਜ਼ੀਅਮ ਦੇ ਤੌਰ 'ਤੇ ਜਾਂ ਇੱਕ ਟੂਰਿਸਟ ਪਲੇਸ ਦੇ ਤੌਰ 'ਤੇ ਉਹਨੂੰ ਵਿਕਸਿਤ ਕੀਤਾ ਗਿਆ। ਸੈਲਬਰਲ ਜੇਲ੍ਹ ਅੰਡੇਮਾਨ ਨਿਕੋਬਾਰ ਦੇ ਵਿੱਚ ਹੈਗੀ, ਠੀਕ ਹੈ। ਤਾਂ ਇੱਥੇ ਨੂੰ ਕੈਦ ਕਰਕੇ ਰੱਖਿਆ ਗਿਆ ਸੀ ਜੀ, ਅੰਡੇਮਾਨ ਨਿਕੋਬਾਰ ਦੇ ਵਿੱਚ ਬਈ ਜੇਲ੍ਹ ਇਹ, ਠੀਕ ਹੈ। ਸਾਡਾ ਡਿਊਟੀਜ਼ ਹੈ ਅੱਜ ਕੱਲ੍ਹ ਇਹ। ਚਲੋ ਨੈਕਸਟ ਹੈ ਜੀ 9 ਨੰਬਰ ਕੁਐਸਚਨ ਦੇਖਦੇ ਹਾਂ। 9 ਨੰਬਰ ਕੁਐਸਚਨ ਕੀ ਕਹਿੰਦਾ ਹੈਗਾ? ਹੇਠ ਲਿਖਿਆਂ ਵਿੱਚੋਂ ਕਿਸਨੇ ਚਟਗਾਓਂ ਸ਼ਸਤਰਖਾਨੇ ਦੇ ਉੱਪਰ ਧਾਵਾ ਬੋਲਿਆ ਸੀ, ਮਤਲਬ ਉਸਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ, ਤੇ 1930 ਦੇ ਵਿੱਚ ਇਸ ਸ਼ਸਤਰ ਜਿਹੜਾ ਸ਼ਸਤਰਖਾਨਾ ਸੀ ਜਾਂ ਸ਼ਸਤਰ ਜਿੱਥੇ ਹਥਿਆਰ ਰੱਖੇ ਗਏ ਸੀ ਉਹਦੇ ਉੱਪਰ ਧਾਵਾ ਬੋਲਿਆ ਸੀਗਾ, ਤੇ ਬੰਗਾਲ ਦੇ ਵਿੱਚ ਸੀਗਾ ਇਹ, ਚਟਗਾਓਂ ਬੰਗਾਲ ਦੇ ਵਿੱਚ ਆਈ, ਠੀਕ ਹੈ ਜੀ। ਤੇ ਅੱਜ ਕੱਲ੍ਹ ਤਾਂ ਖੈਰ ਇਹ ਪੂਰਬੀ ਬੰਗਾਲ 'ਚ ਚੱਲਿਆ ਗਿਆ, ਮਤਲਬ ਜਿੱਥੇ ਅੱਜ ਕੱਲ੍ਹ ਬੰਗਲਾਦੇਸ਼ ਦਾ ਨਿਰਮਾਣ ਹੋਇਆ ਹੋਇਆ ਹੈਗਾ। ਤਾਂ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ, ਤੇ ਲੁੱਟਣ ਦੇ ਐਵਜ਼ ਦੇ ਵਿੱਚ ਫਿਰ 1934 ਦੇ ਵਿੱਚ ਇਹਨੂੰ ਫਾਂਸੀ ਚੜ੍ਹਾ ਦਿੱਤਾ ਗਿਆ ਸੀ। ਤਾਂ ਕੌਣ ਸੀ ਬਈ ਇਹ? ਤਾਂ ਇਹ ਸੀਗੇ ਜੀ ਸੂਰਿਆ ਸੇਨ, ਬੰਗਾਲ ਦੇ ਬਹੁਤ ਪ੍ਰਸਿੱਧ ਕ੍ਰਾਂਤੀਕਾਰੀ ਸੀਗੇ ਸੂਰਿਆ ਸੇਨ, ਠੀਕ ਹੈ। ਤਾਂ ਇਹਦਾ ਆਂਸਰ ਆਊਗਾ ਜੀ 9th ਦਾ ਬੀ ਆਂਸਰ। ਚਲੋ ਨੈਕਸਟ ਹੈ ਜੀ 9th ਨੰਬਰ ਕੁਐਸਚਨ ਦੇਖਦੇ ਹਾਂ। ਕਹਿੰਦਾ ਹੇਠ ਲਿਖਿਆਂ ਵਿੱਚੋਂ ਕਿਸ ਅੰਦੋਲਨ ਦੇ ਕਾਰਨ ਭਾਰਤੀ ਰਾਸ਼ਟਰੀ ਕਾਂਗਰਸ ਦੀ ਵੰਡ ਹੋਈ, ਤੇ ਜਿਸ ਦੇ ਪਰਿਣਾਮ ਸਰੂਪ ਨਰਮ ਦਲ ਅਤੇ ਗਰਮ ਦਲ ਦਾ ਉਭਾਰ ਹੋਇਆ ਸੀ, ਠੀਕ ਹੈ ਜੀ। ਮਤਲਬ ਕਲੀਅਰਲੀ ਕੱਟ ਉਭਾਰ ਹੋ ਗਿਆ ਸੀ ਇਹਦੇ ਵਿੱਚ। ਕਲੀਅਰ ਕੱਟ ਮਤਲਬ ਵੀ ਬਹੁਤ ਸਾਰੇ ਵਿਚਾਰਕ ਤੌਰ 'ਤੇ ਸੀ, ਦੇਖੋ ਹੈ ਨਾ, ਇਹ ਨਰਮ ਦਲ ਅਤੇ ਗਰਮ ਦਲ ਤਾਂ ਪਹਿਲਾਂ ਵੀ ਹੈਗੇ ਸੀਗੇ, ਪਰ ਫਿਰ ਵੀ ਸਵਦੇਸ਼ੀ ਅੰਦੋਲਨ ਤੋਂ ਬਾਅਦ 1905 ਤੋਂ ਬਾਅਦ ਜਿਹੜਾ ਹੋਇਆ ਸੀ ਬੰਗਾਲ ਦੀ ਵੰਡ ਤੋਂ ਬਾਅਦ ਹੋਇਆ ਸੀ ਜਿਹੜਾ ਅੰਦੋਲਨ ਚੱਲਿਆ ਸੀਗਾ ਇਹ। ਉਸ ਤੋਂ ਬਾਅਦ ਜਿਹੜੀ ਕਾਂਗਰਸ ਸੀ ਦੋ ਮਤਲਬ ਮੇਨ ਧੜਿਆਂ ਦੇ ਵਿੱਚ ਵੰਡੀ ਗਈ ਸੀਗੀ। ਜਸਪ੍ਰੀਤ, ਪੋਲੀਟੀਕਲ ਸਾਇੰਸ ਦੀ ਕਲਾਸ ਨੇ, ਕਿਉਂਕਿ ਲਾਈਵ ਹੁੰਦੀ ਕਲਾਸ ਨੇ, ਉਹ ਥੋੜ੍ਹਾ ਟਾਈਮ ਲੈਂਦੀ ਹੁੰਦੀ ਹੈ ਅਪਲੋਡ ਹੋਣ ਦੇ ਵਿੱਚ, ਤਾਂ ਇਸ ਕਰਕੇ ਤੁਹਾਨੂੰ ਨਾ ਹਜੇ ਸ਼ਾਇਦ ਉਹ ਨਾ ਦਿਖਾਈ ਦੇਵੇ, ਤੁਸੀਂ ਉਹਨੂੰ ਸੁਬਾਹ ਦੇਖ ਸਕਦੇ ਹੋ ਜਾਂ ਫਿਰ ਕੱਲ੍ਹ ਦੇਖ ਸਕਦੇ ਹੋ ਉਹਨੂੰ ਕਲਾਸ ਨੂੰ। ਤਾਂ ਥੋੜ੍ਹਾ ਟਾਈਮ ਲੈਂਦੀ ਹੁੰਦੀ ਹੈ ਅਪਲੋਡ ਹੋਣ ਦੇ ਵਿੱਚ ਉਹ, ਠੀਕ ਹੈ। ਇਸ ਕਰਕੇ ਉਹ ਕਈ ਵਾਰ ਸ਼ੋਅ ਨਹੀਂ ਹੁੰਦੀ ਹੁੰਦੀ, ਜਾਂ ਫਿਰ ਤੁਸੀਂ ਪਲੇ ਲਿਸਟ 'ਤੇ ਵੀ ਜਾ ਕੇ ਚੈੱਕ ਕਰ ਸਕਦੇ ਹੋਗੇ, ਜਾਂ ਫਿਰ ਡਾਇਰੈਕਟ ਤੁਸੀਂ, ਮੈਂ ਤੁਹਾਨੂੰ ਕਿਹਾ ਵੀ ਤੁਸੀਂ ਸਾਡਾ ਜਿਹੜਾ ਟੈਲੀਗ੍ਰਾਮ ਚੈਨਲ ਉਹਨੂੰ ਜੁਆਇਨ ਕਰ ਲਓ, ਤਾਂ ਟੈਲੀਗ੍ਰਾਮ ਦੇ ਵਿੱਚ ਲਿੰਕ ਦਿੱਤਾ ਜਾਂਦਾ, ਤੁਸੀਂ ਉਸ ਲਿੰਕ ਤੋਂ ਡਾਇਰੈਕਟ ਕਲਿੱਕ ਕਰਕੇ ਤੁਸੀਂ ਆ ਸਕਦੇ ਹੋ ਇੱਥੇ, ਠੀਕ ਹੈ। ਜੇ ਤੁਸੀਂ ਡਾਇਰੈਕਟ ਇੱਥੇ ਲੱਭਣ ਦੀ ਕੋਸ਼ਿਸ਼ ਕਰੋ ਯੂਟਿਊਬ 'ਤੇ, ਤਾਂ ਕਿਉਂਕਿ ਯੂਟਿਊਬ ਥੋੜ੍ਹਾ ਅਪਡੇਟ ਕਰਦਾ ਹੁੰਦਾ ਉਹਨੂੰ, ਤਾਂ ਉਹ ਅਪਲੋਡ ਹੋਣ ਦੇ ਵਿੱਚ ਥੋੜ੍ਹਾ ਟਾਈਮ ਲਾ ਦਿੰਦੀ ਹੈ ਇਸ ਕਰਕੇ ਜੀ, ਠੀਕ ਹੈ ਜੀ। ਤਾਂ ਕਿਹਦੇ ਵਿੱਚ ਵਿਚਾਰਕ ਤੌਰ 'ਤੇ ਵੰਡੇ ਗਏ ਸੀ ਵੀ ਇਹ? ਤਾਂ ਸਵਦੇਸ਼ੀ ਅੰਦੋਲਨ ਦਾ ਆਂਸਰ ਆਊਗਾ ਜੀ, ਠੀਕ ਹੈ ਜੀ। ਨਰਮ ਦਲ ਕਿਸੇ ਹੋਰ ਤਰੀਕੇ ਨਾਲ ਮੂਵਮੈਂਟ ਨੂੰ ਚਲਾਉਣਾ ਚਾਹੁੰਦੇ ਸੀ, ਅਤੇ ਗਰਮ ਦਲ ਕਿਸੇ ਹੋਰ ਤਰੀਕੇ ਨਾਲ ਮੂਵਮੈਂਟ ਨੂੰ ਚਲਾਉਣਾ ਚਾਹੁੰਦੇ ਸੀ ਜੀ, ਠੀਕ ਹੈ ਜੀ। ਚਲੋ 11 ਨੰਬਰ ਕੁਐਸਚਨ ਦੇਖਦੇ ਹਾਂਗੇ। ਹਾਂਜੀ, 1907 ਦੇ ਵਿੱਚ ਜਿਹੜਾ ਸੂਰਤ ਕਾਂਗਰਸ ਸੰਮੇਲਨ ਹੋਇਆ ਸੀਗਾ, ਤਾਂ ਕਿਸ ਦਾ ਨਾਮ ਕਾਂਗਰਸ ਦੇ ਅਗਲੇ ਪ੍ਰਧਾਨ ਦੇ ਰੂਪ ਦੇ ਵਿੱਚ ਗਰਮ ਦਲ ਦੁਆਰਾ, ਹੁਣ ਇੱਥੇ ਧਿਆਨ ਰੱਖਣ ਵਾਲੀ ਗੱਲ ਹੈਗੀ ਵੀ ਗਰਮ ਦਲ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ। ਦੇਖੋ ਇੱਥੇ ਮੇਨ ਮੁੱਦਾ ਇਹੀ ਸੀਗਾ ਵੀ ਸਾਡਾ ਪ੍ਰਧਾਨ ਬਣਨਾ ਚਾਹੀਦਾ ਹੈ, ਜਿਹੜੇ ਨਰਮਪੰਥੀ ਜੋ ਕਹਿੰਦੇ ਸਾਡਾ ਪ੍ਰਧਾਨ ਬਣਨਾ ਚਾਹੀਦਾ, ਗਰਮਪੰਥੀ ਕਹਿੰਦੇ ਸੀ ਸਾਡਾ ਪ੍ਰਧਾਨ ਬਣਨਾ ਚਾਹੀਦਾ, ਠੀਕ ਹੈ ਜੀ। ਤਾਂ ਜਿਹੜੇ ਗਰਮ ਦਲੀ ਸੀਗੇ ਤਾਂ ਉਹਨਾਂ ਨੇ ਕਿਹਦਾ ਨਾਮ ਜਿਹੜਾ ਸੀ ਪ੍ਰਸਤਾਵਿਤ ਕੀਤਾ ਸੀਗਾ, ਠੀਕ ਹੈ। ਪਰ ਇਹਨਾਂ ਨੂੰ ਚੁਣਿਆ ਨਹੀਂ ਜਾ ਸਕਿਆ ਸੀਗਾ, ਤਾਂ ਇਹਨਾਂ ਨੇ ਲਾਲਾ ਲਾਜਪਤ ਰਾਏ ਦਾ ਨਾਮ ਜਿਹੜਾ ਸੀ ਉਹ ਇੱਥੇ ਰੱਖਿਆ ਸੀ ਵੀ ਲਾਲਾ ਲਾਜਪਤ ਰਾਏ ਨੂੰ ਜਿਹੜਾ ਸੀ ਪ੍ਰਧਾਨ ਉਹ ਬਣਾਉਣਾ ਚਾਹੀਦਾ ਜੀ। ਤਾਂ ਗਰਮ ਦਲਾਂ ਦਾ ਇਹ ਮੋਸਟ ਇੰਪੋਰਟੈਂਟ ਕੁਐਸਚਨ ਨੇ ਵੀ ਤੁਹਾਡੇ ਵਾਸਤੇ, ਮਤਲਬ ਇਹ ਕਹਿ ਲਓ ਵੀ ਹਿਸਟਰੀ ਦੇ ਵਿੱਚ ਸਭ ਤੋਂ ਜਿਹੜਾ ਇੰਟਰਸਟਿੰਗ ਟੋਪਿਕਸ ਚੱਲਦਾ ਉਹ ਸਾਡਾ ਇੰਡੀਅਨ ਨੈਸ਼ਨਲ ਮੂਵਮੈਂਟ ਦਾ ਚੱਲਦਾ ਹੁੰਦਾ। ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਨੇ ਤੁਹਾਡੇ ਲੈਕਚਰਾਂ ਵਾਸਤੇ, ਤਾਂ ਡਾਇਰੈਕਟ ਕੁਐਸਚਨ ਇਹਦੇ ਵਿੱਚ ਪੁੱਛੇ ਜਾਣਗੇ ਬਈ
ਠੀਕ ਹੈ। ਤੇ ਜੇ ਤੁਸੀਂ MA ਕੀਤੀ ਹੋਈ ਹਿਸਟਰੀ ਦੀ ਤਾਂ ਫਿਰ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਸ਼ੀਅਲ ਕਲਾਸ ਹੈਗੀ, ਸਭ ਤੋਂ ਜ਼ਿਆਦਾ ਪੋਸਟਾਂ ਵੀ ਲੈਕਚਰਾਰ ਹਿਸਟਰੀ ਦੀਆਂ ਨੇ, ਇਸ ਕਰਕੇ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਕਲਾਸ ਹੈਗੀ ਵੀ। ਤੁਸੀਂ ਦੇਖੋਗੇ ਇਹਦੇ ਵਿੱਚੋਂ ਡਾਇਰੈਕਟ ਕੁਸਚਨ ਤੁਹਾਡੇ ਐਜ਼ ਇਟ ਇਜ਼ ਕੁਸਚਨ ਤੁਹਾਡੇ ਲੈਕਚਰਾਰ ਜਾਂ ਮਾਸਟਰ ਗ੍ਰੇਡਰ ਵਿੱਚ ਪੁੱਛੇ ਜਾ ਰਹੇ ਨੇ, ਇਸ ਕਰਕੇ ਕਲਾਸਿਸ ਮਿਸ ਨਾ ਕਰਿਆ ਕਰੋ। ਕੋਈ ਵੀ ਕਲਾਸਿਸ ਜਿਹੜੀਆਂ ਹੁੰਦੀਆਂ ਨੇ ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਹੋਰ ਵੀ ਜਿਹੜੀ ਪੁਰਾਣੀ ਕਲਾਸਿਸ ਨੇ ਤੁਸੀਂ ਉਹਨੂੰ ਦੇਖ ਸਕਦੇ ਹੋ। ਮੈਂ ਇੱਕ ਪੂਰੀ ਸੀਰੀਜ਼ ਤਿਆਰ ਕਰ ਰਿਹਾ ਹੈਗਾ, ਉਸ ਪੂਰੀ ਸੀਰੀਜ਼ ਦੇ ਵਿੱਚ ਜਿਹੜੀ ਤੁਹਾਡੀ MCQ ਨੇਗੇ ਪੂਰੇ ਚੈਪਟਰ ਵਾਈਜ਼ ਮੈਂ ਤੁਹਾਨੂੰ ਇਹਦੇ ਵਿੱਚ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਠੀਕ ਹੈ ਜੀ। ਤਾਂ ਇਹਨੂੰ ਤੁਸੀਂ ਇਹਦਾ ਫਾਇਦਾ ਉਠਾ ਸਕਦੇ ਹੋ ਬਈ। ਹਾਂਜੀ, ਤਾਂ ਅੱਗੇ ਦੇਖਦੇ ਹਾਂ ਜੀ 12 ਨੰਬਰ ਕੁਸਚਨ ਦੇਖਦੇ ਹਾਂ ਕੀ ਕਹਿੰਦਾ ਇਹ। ਭਾਰਤੀ ਰਾਸ਼ਟਰੀ ਕਾਂਗਰਸ ਕਿੱਥੇ ਉਦਾਰਵਾਦੀ ਕਾਂਗਰਸ ਹੈ ਬਈ, ਇੱਥੇ ਕਿੱਥੇ ਉਦਾਰਵਾਦੀਆਂ ਅਤੇ ਉਗਰਵਾਦੀਆਂ ਮਤਲਬ ਨਰਮ ਦਲ ਅਤੇ ਗਰਮ ਦਲ ਦੇ ਵਿੱਚ ਵੰਡੀ ਗਈ ਸੀ ਬਈ ਇਹ, ਠੀਕ ਹੈ ਜੀ। ਹਾਂਜੀ ਹਾਂ ਹਾਂ ਮਤਲਬ ਅੱਗੇ ਦੇਖਦੇ ਹਾਂ ਕੁਸਚਨ ਤੁਸੀਂ, ਠੀਕ ਹੈ ਜੀ। ਸਾਰੇ ਕੁਸਚਨ ਮੈਂ ਇਹਦੇ ਵਿੱਚ ਪਾਏ ਹੋਏ ਨੇ, ਕ੍ਰਮਵਾਰ ਪਾਏ ਹੋਏ ਨੇ। ਜਿਹੜੇ ਕੁਸਚਨ ਤੁਹਾਡੇ ਦਿਮਾਗ ਦੇ ਵਿੱਚ ਆ ਜਾਂਦਾ, ਠੀਕ ਹੈ ਜੀ, ਤਾਂ ਮੈਂ ਉਹ ਨਾਲ ਦਿਆਂ ਕੁਸਚਨ ਦੇ ਵਿੱਚ ਪਾਏ ਹੋਏ ਨੇ। ਜਿਹੜੇ ਜਿਹੜੇ ਕੁਸਚਨ ਤੁਹਾਡੇ ਦਿਮਾਗ 'ਚ ਆਈ ਚੱਲਣਗੇ ਵੀ ਪ੍ਰਧਾਨ ਕਿਹਨੂੰ ਬਣਾਇਆ ਗਿਆ ਸੀ, ਕਿਹਨੂੰ ਬਣਾਉਣਾ ਨਹੀਂ ਚਾਹੀਦਾ ਸੀਗਾ, ਹੈ ਨਾ, ਤਾਂ ਸਾਰੇ ਕੁਸਚਨ ਮੈਂ ਇਹਦੇ ਵਿੱਚ ਪਾਏ ਹੋਏ ਨੇ ਬਈ, ਠੀਕ ਹੈ ਜੀ। ਤਾਂ ਤੁਸੀਂ ਮਤਲਬ ਲਾਸਟ ਕਲਾਸ ਤੱਕ ਤੁਹਾਡੇ ਸਾਰੇ ਜਿਹੜੇ ਡਾਊਟਸ ਹੋਣਗੇ ਸਾਰੇ ਤੁਹਾਡੇ ਕਲੀਅਰ ਹੋਣਗੇ ਇਹਦੇ ਵਿੱਚ, ਠੀਕ ਹੈ। ਕੁਸਚਨਾਂ ਦੇ ਥਰੂ MCQ ਦੇ ਥਰੂ ਕੁਸਚਨ ਤੁਹਾਡੇ ਕਾਫੀ ਜ਼ਿਆਦਾ ਤੁਹਾਡੇ ਡਾਊਟਸ ਦੇ ਵਿੱਚ ਕਲੀਅਰ ਕਰਾਂਗੇ ਜੀ ਅਸੀਂ। ਚਲੋ ਜਿਹਨੇ ਵੀ ਕੀਤੀ ਹੈਗੀ, ਠੀਕ ਹੈ ਅਮਨ, ਜਿਹਨੇ ਵੀ ਕੀਤੀ ਹੈਗੀ, ਚਲੋ ਮਾਸਟਰ ਗੇਟਰ ਤਾਂ ਆਪਾਂ ਕਰ ਹੀ ਰਹੇ ਮੇਰੇ ਆਪਣਾ। ਚਲੋ ਤਾਂ ਕਿੱਥੇ ਹੋਇਆ ਸੀ ਬਈ ਇਹ? ਸੂਰਤ ਸੰਮੇਲਨ ਹੋਇਆ ਸੀਗਾ, ਆਪਾਂ ਇਹ ਵੀ ਦੇਖਾਂਗੇ ਵੀ ਕੈਮਾ ਸੰਮੇਲਨ ਸੀਗਾ ਇਹ, ਠੀਕ ਹੈ ਜੀ। ਹਾਂਜੀ ਹਾਂਜੀ ਜ਼ਰੂਰ ਕਰਾਂਗੇ ਜੀ ਇਹ। 13 ਨੰਬਰ ਕੁਸਚਨ ਦੇਖਦੇ ਹਾਂ ਵੀ 1907 ਦੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੂਰਤ ਦੇ ਸਲਾਨਾ ਸੰਮੇਲਨ ਦੇ ਪ੍ਰਧਾਨ ਕੌਣ ਸੀ? ਹੁਣ ਪ੍ਰਧਾਨ ਦੇਖੋ ਵੀ ਕੌਣ ਸੀ, ਤਾਂ ਇੱਥੇ ਨਰਮ ਦਲੀਆਂ ਵੱਲੋਂ ਆਪਣਾ ਪ੍ਰਧਾਨ ਬਣਾਇਆ ਗਿਆ ਸੀਗਾ, ਠੀਕ ਹੈ। ਨਰਮ ਦਲ ਦਾ ਉਸ ਸਮੇਂ ਹੈਗੀ ਸੀ ਮੋਨੋਪਲੀ ਹੈਗੀ ਸੀ ਉਹਨਾਂ ਦੀ, ਠੀਕ ਹੈ, ਥੋੜ੍ਹਾ ਜਿਹਾ ਸਟਰੋਂਗ ਸੀਗੇ ਉਹ, ਪਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਤਾਕਤ ਸੀ ਉਹ ਥੋੜ੍ਹਾ ਥੋੜ੍ਹਾ ਘਟਣੀ ਜਿਹੜੀ ਸ਼ੁਰੂ ਹੋ ਗਈ ਸੀ, ਪਰ ਇਹ ਬਾਅਦ ਵਿੱਚ ਜਾ ਕੇ ਦੋਨੇ ਆਪਸ ਦੇ ਵਿੱਚ ਮਰਜ ਹੋ ਗਏ ਸੀਗੇ। ਤਾਂ ਇਹਨਾਂ ਵੱਲੋਂ ਕਿਹਨੂੰ ਬਣਾਇਆ ਗਿਆ ਸੀ? ਰਾਸ ਬਿਹਾਰੀ ਘੋਸ਼ ਨੂੰ। ਤਾਂ ਰਾਸ ਬਿਹਾਰੀ ਘੋਸ਼ ਨੂੰ ਬਣਾਇਆ ਗਿਆ ਸੀ, ਪਰ ਗਰਮ ਦਲੀ ਕਿਹਨੂੰ ਬਣਾਉਣਾ ਚਾਹੁੰਦੇ ਸੀਗੇ? ਗਰਮ ਦਲੀ ਬਣਾਉਣਾ ਚਾਹੁੰਦੇ ਸੀਗੇ, ਕਿਹਨੂੰ ਬਣਾਉਣਾ ਚਾਹੁੰਦੇ ਸੀ ਵੀ ਉਹ ਲਾਲਾ ਲਾਜਪਤ ਰਾਏ ਨੂੰ ਬਣਾਉਣਾ ਚਾਹੁੰਦੇ ਸੀ, ਠੀਕ ਹੈ ਜੀ। ਤਾਂ 13 ਨੰਬਰ ਦਾ ਆਨਸਰ ਕੀ ਹੋਊ ਸਾਡਾ ਜੀ? ਫੋਰਥ ਆਨਸਰ ਆਜੂਗਾ ਜੀ, ਠੀਕ ਹੈ ਜੀ। ਬਈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈਗਾ, ਅਸੀਂ ਨਾ ਤੁਹਾਨੂੰ ਜਿੰਨੀਆਂ ਵੀ ਇਹ PDF ਨੇਗੀਆਂ ਸਾਰੀਆਂ, ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਆ ਕਰੋ ਭਾਵੇਂ, ਪਰ ਮੈਂ ਤੁਹਾਨੂੰ ਕਿਹਾ ਵੀ ਅਸੀਂ ਨਾ ਇੱਕ ਬੁੱਕ ਦੇ ਰੂਪ ਦੇ ਵਿੱਚ ਤੁਹਾਨੂੰ ਦੇਵਾਂਗੇ ਇਹ। ਅਤੇ ਜਿਵੇਂ ਅੱਜ ਮੰਨ ਲਓ ਇਸ ਕਾਂਗਰਸ ਦੇ ਕੁਸਚਨ ਆਪਾਂ ਕਰ ਰਹੇ ਹਾਂਗੇ, ਕ੍ਰਾਂਤੀਕਾਰੀ ਅੰਦੋਲਨ ਦੀ ਗੱਲ ਕਰ ਰਹੇ ਹਾਂ ਇਹਦੇ ਵਿੱਚ, ਤਾਂ ਇਹ ਮੰਨ ਲਓ ਜਿਵੇਂ 50 ਕੁਸਚਨ ਕੀਤੇ ਨੇ, ਤਾਂ ਤੁਹਾਨੂੰ ਅਸੀਂ ਇਹਦੇ ਵਿੱਚ 100+ ਕੁਸਚਨ ਤੁਹਾਨੂੰ ਹੋਰ ਦੇਵਾਂਗੇ ਅਸੀਂ, ਠੀਕ ਹੈ। ਤਾਂ ਕਾਫੀ ਜ਼ਿਆਦਾ ਕੁਸਚਨ ਤੁਹਾਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰਾਂਗੇ, ਹੋਰ ਵੀ ਜ਼ਿਆਦਾ। ਤਾਂ ਇਸ ਕਰਕੇ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ, ਠੀਕ ਹੈ ਜੀ, ਤੁਹਾਨੂੰ ਸਭ ਕੁਝ ਮਿਲੂਗਾ ਬਈ ਇੱਥੇ, ਠੀਕ ਹੈ। ਤਾਂ 1.5 ਮਹੀਨੇ ਤੱਕ ਤੁਹਾਨੂੰ ਸਾਰਾ ਮਟੀਰੀਅਲ ਮਿਲ ਜੂਗਾ ਬਈ, ਠੀਕ ਹੈ ਜੀ। ਚਲੋ ਹਾਂਜੀ, ਤਾਂ ਨੈਕਸਟ ਹੈ ਬਈ 1907 ਦੇ ਵਿੱਚ ਰਾਸ਼ਟਰੀ ਕਾਂਗਰਸ ਦੀ ਪਹਿਲੀ ਵੰਡ ਜਿਹੜੀ ਹੋਈ ਸੀ ਉਹ ਕਦੋਂ ਹੋਈ ਸੀਗੀ, ਠੀਕ ਹੈ। ਦੋ ਵਾਰ ਵੰਡ ਹੋਈ ਹੈ ਵੀ, ਇੱਕ ਆਪਾਂ ਵੰਡ ਫਿਰ ਵੀ ਦੇਖਾਂਗੇ, ਠੀਕ ਹੈ ਜੀ। ਅਤੇ ਉਹ ਕਦੋਂ ਵੰਡ ਹੋਈ ਉਹ ਤੋਂ ਬਾਅਦ ਦੇ ਵਿੱਚ ਗੱਲ ਕਰਾਂਗੇ ਉਹਦੀ, ਠੀਕ ਹੈ, ਇੱਥੇ ਨਹੀਂ ਤੁਹਾਨੂੰ ਦੱਸੂਗਾ ਮੈਂ। ਚਲੋ ਸੋ ਵੈਸੇ ਤੁਹਾਨੂੰ ਪਤਾ ਹੋਊਗਾ, ਤਾਂ ਸੂਰਤ ਸੰਮੇਲਨ ਦੇ ਵਿੱਚ ਵੰਡ ਹੋਈ ਸੀ, ਕੈਮਾ ਸੰਮੇਲਨ ਸੀ ਬਈ ਇਹ। ਇਹਦੇ ਬਾਰੇ ਚਲੋ ਅੱਗੇ ਕੁਸਚਨ ਹੈਗਾ, ਇੱਕ ਮੈਂ ਪਾਇਆ ਹੋਇਆ ਇਹਦੇ ਵਿੱਚ। ਨੈਕਸਟ ਹੈ ਬਈ ਇਹ ਕਨਸੈਪਚੁਅਲ ਕੁਸਚਨ ਹੈ, ਦੇਖੋ ਇਹ ਕਹਿੰਦਾ 20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਕਾਂਗਰਸ ਦੇ ਵਿੱਚ ਵੰਡ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ, ਕਾਂਗਰਸ ਦੇ ਵਿੱਚ ਵੰਡ ਦੀ ਪ੍ਰਕਿਰਿਆ ਕਿਉਂ ਸ਼ੁਰੂ ਹੋ ਗਈ ਸੀਗੀ? ਅੱਛਾ, ਰਾਸ ਬਿਹਾਰੀ ਬੋਸ ਆ ਗਿਆ ਉੱਥੇ, ਘੋਸ਼ ਆ ਗਿਆ, ਚਲੋ ਕਰੈਕਟ ਕਰ ਲਿਓ ਫਿਰ।
ਤਾਂ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਤਾਂ ਕਾਂਗਰਸ ਅੰਦੋਲਨ ਦੀ ਰਣਨੀਤੀਆਂ ਵੀ ਇਹਨਾਂ ਦੇ ਵਿੱਚ ਆਪਸੀ ਮਤਭੇਦ ਸੀ ਵੀ ਜਿਹੜਾ ਅੰਦੋਲਨ ਚੱਲੂਗਾ ਤਾਂ ਉਹਦੇ ਵਿੱਚ ਰਣਨੀਤੀਆਂ ਕਿਸ ਪ੍ਰਕਾਰ ਦੀਆਂ ਬਣਨਗੀਆਂ, ਠੀਕ ਹੈ, ਤੇ ਕਾਂਗਰਸ ਦੇ ਜਿਹੜੇ ਅੰਦੋਲਨ ਚੱਲਣਗੇ ਤਾਂ ਉਹਨਾਂ ਦੇ ਉਦੇਸ਼ ਕੀ ਹੋਣਗੇ, ਠੀਕ ਹੈ, ਇਹਦੇ ਵਿੱਚ ਕਿਹੜੇ ਕਿਹੜੇ ਲੋਕਾਂ ਦੀ ਭਾਗੀਦਾਰੀ ਹੋਊਗੀ, ਹਿੱਸੇਦਾਰੀ ਕਿਹਦੀ ਕਿਹਦੀ ਹੋਊਗੀ, ਹੈ ਨਾ, ਤਾਂ ਇਹਨਾਂ ਇਹਨਾਂ ਸਾਰਿਆਂ ਬਾਰੇ ਲੈ ਕੇ ਇਹਨਾਂ ਦੇ ਵਿਚਕਾਰ ਆਪਸ ਦੇ ਵਿੱਚ ਕੀ ਸੀਗੇ, ਨਰਮ ਦਲਾਂ ਤੇ ਗਰਮ ਦਲਾਂ ਦੇ ਵਿਚਕਾਰ ਮਤਭੇਦ ਸੀ ਵੀ। ਇਸ ਕਰਕੇ ਕੰਸੈਪਚੁਅਲ ਕੁਸਚਨ ਵੀ ਦੇਖੋ, ਇਹਦੇ ਵਿੱਚ ਫੈਕਟ ਤਾਂ ਕੁਛ ਨਹੀਂ ਹੈਗਾ ਇਹਦੇ ਵਿੱਚ, ਤਾਂ ਕੰਸੈਪਚੁਅਲ ਕੁਸਚਨ ਵੀ ਤੁਹਾਨੂੰ ਹਿਸਟਰੀ ਦੇ ਵੀ ਪੁੱਛੇ ਜਾ ਸਕਦੇ ਨੇ, ਇਸ ਕਰਕੇ ਇਹਦਾ ਆਂਸਰ ਬਣੂਗਾ ਸਾਡਾ ਜੀ ਉਪਰੋਕਤ ਸਾਰੇ ਆਂਸਰ ਬਣ ਜੂਗਾ ਵੀ, ਠੀਕ ਹੈ, ਕਲੀਅਰ। ਚਲੋ ਨੈਕਸਟ ਦੇਖੋ, ਆ ਗਿਆ ਕੁਸਚਨ ਇਹ ਜਿਹਦੀ ਵੇਟ ਕਰ ਰਹੇ ਸੀ ਆਪਾਂ, ਤਾਂ ਕਹਿੰਦਾ ਸੂਰਤ ਸੈਸ਼ਨ ਜਿਹੜਾ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿੱਚ ਪਹਿਲੀ ਵੰਡ ਹੋਈ ਸੀਗੀ ਤਾਂ ਉਹ ਕਿਹੜਾ ਸੈਸ਼ਨ ਸੀਗਾ, ਤਾਂ ਸੂਰਤ ਵੰਡ ਦੇ ਵਿੱਚ ਕਾਂਗਰਸ ਜਿਹੜੀ ਸੀਗੀ ਸੂਰਤ ਦੇ ਵਿੱਚ ਦੋ ਤਿੰਨ ਦੇ ਵਿੱਚ ਵੰਡੀ ਗਈ ਸੀਗੀ, ਤਾਂ ਇਹ ਕਿਵੇਂ ਸੈਸ਼ਨ ਸੀਗਾ ਜੀ, ਇਹ 23ਵਾਂ ਸੈਸ਼ਨ ਸੀਗਾ, ਤਾਂ ਇੰਪੋਰਟੈਂਟ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਰਾਇਆ ਜੀ। ਹਾਂਜੀ ਹਾਂਜੀ ਠੀਕ ਹੈ ਜੀ, ਚਲੋ ਤਾਂ 23 ਦਾ ਆਂਸਰ ਕੀ ਆਜੂਗਾ ਬਾਈ ਸਾਡਾ, 16 ਨੰਬਰ ਆਜੂਗਾ ਇਹਦਾ, 16 ਦਾ ਕੀ ਆਜੂ ਸਾਡਾ, 23 ਆਜੂ ਬਾਈ, ਠੀਕ ਹੈ। ਵਰਿੰਦਰ ਕੁਮਾਰ ਘੋਸ਼ ਦੀ ਗਤੀਵਿਧੀਆਂ ਦੇ ਵਿੱਚ ਇੱਕ ਗੁਪਤ ਕ੍ਰਾਂਤੀਕਾਰੀ ਸੰਗਠਨ ਨੂੰ ਬੰਗਾਲ ਦੇ ਵਿੱਚ ਜਨਮ ਦਿੱਤਾ ਸੀਗਾ, ਵਰਿੰਦਰ ਕੁਮਾਰ ਘੋਸ਼ ਬਈ ਇੱਕ ਬੰਗਾਲ ਦੇ ਬਹੁਤ ਉੱਘੇ ਕ੍ਰਾਂਤੀਕਾਰੀ ਸੀ, ਤਾਂ ਇਹਨਾਂ ਨੇ ਇੱਕ ਗੁਪਤ ਕ੍ਰਾਂਤੀਕਾਰੀ ਜਿਹੜੇ ਗੁਪਤ ਰਹਿ ਕੇ ਆਪਣੀ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਸੰਚਾਲਨ ਕਰਿਆ ਕਰਦੇ ਸੀ ਉਸ ਟਾਈਮ ਦੇ ਵਿੱਚ, ਤਾਂ ਉਹ ਕਿਹੜੀ ਸਮਿਤੀ ਸੀ ਬਈ, ਉਹ ਅਨੁਸ਼ੀਲਨ ਸਮਿਤੀ ਸੀਗੀ, ਠੀਕ ਹੈ, ਅਨੁਸ਼ੀਲਨ ਸਮਿਤੀ ਸੀਗੀ, ਤਾਂ 1902 ਦੇ ਵਿੱਚ ਇਸ ਸਮਿਤੀ ਦਾ, ਅਨੁਸ਼ੀਲਨ ਸਮਿਤੀ ਦਾ ਜਿਹੜਾ ਨਿਰਮਾਣ ਹੋਇਆ ਸੀ ਬਈ ਇਹ, ਠੀਕ ਹੈ ਜੀ, ਠੀਕ ਹੈ ਜੀ। ਚਲੋ ਅਨੁਸ਼ੀਲਨ ਸਮਿਤੀ ਕੀ ਸੀ ਬਈ, ਤਾਂ ਇੱਕ ਕ੍ਰਾਂਤੀਕਾਰੀ ਸੰਗਠਨ ਸੀਗਾ ਇਹ, ਸਿੰਪਲ ਕੁਸਚਨ ਇਹ ਵੀ ਕੀ ਸੀਗਾ, ਸਾਨੂੰ ਪੁੱਛ ਸਕਦਾ ਵੀ ਅਨੁਸ਼ੀਲਨ ਸਮਿਤੀ ਕੀ ਸੀਗੀ, ਤਾਂ ਕ੍ਰਾਂਤੀਕਾਰੀ ਸੰਗਠਨ ਸੀਗਾ ਜਿਹਦੀ ਅਗਵਾਈ ਜਿਹੜੀ ਸੀ ਉਹ ਵਰਿੰਦਰ ਕੁਮਾਰ ਘੋਸ਼ ਨੇ ਕੀਤੀ ਸੀ, ਠੀਕ ਹੈ। ਚਲੋ ਅੱਗੇ ਜੀ, ਸੇਮ ਕੁਸਚਨ ਬਣ ਗਿਆ ਇਹਦੇ ਵਿੱਚ, ਵਰਿੰਦਰ ਕੁਮਾਰ ਜਿਹੜੇ ਘੋਸ਼ ਸੀਗੇ ਕਿਹਦੇ ਨਾਲ ਜੁੜੇ ਹੋਏ ਸੀਗੇ ਇਹ, ਤਾਂ ਇਹ ਅਨੁਸ਼ੀਲਨ ਸਮਿਤੀ ਦੇ ਨਾਲ ਜੁੜੇ ਹੋਏ ਸੀ, ਅਨੁਸ਼ੀਲਨ ਕਮੇਟੀ ਦੇ ਨਾਲ ਜੁੜੇ ਸੀ ਬਈ ਇਹ, ਤਾਂ ਇਹਦਾ ਵੀ ਆਂਸਰ ਸਾਡਾ 19 ਦਾ ਨੰਬਰ ਦਾ ਕੀ ਆਜੂਗਾ ਜੀ, 2 ਆਂਸਰ ਆਜੂਗਾ ਇਹਦਾ, ਠੀਕ ਹੈ ਜੀ। ਚਲੋ ਅੱਗੇ ਦੇਖਦੇ ਹਾਂ, ਕਹਿੰਦਾ 20 ਨੰਬਰ ਕੁਸਚਨ ਦੀ ਮੈਂ ਤੁਹਾਡੇ ਵੇਟ ਕਰ ਰਿਹਾ ਬਈ, ਇਹਦਾ ਆਂਸਰ ਤੁਸੀਂ ਦਿਓਗੇ ਸਾਰੇ। 1928 ਦੇ ਵਿੱਚ ਪੁੱਛਿਆ ਗਿਆ ਜੀ, ਹਾਂ ਛਿਤਰੋ ਛਿਤਰੀ ਹੋ ਗਏ ਸੀਗੇ, ਠੀਕ ਹੈ, ਲੜ ਪਏ ਸੀ ਆਪਸ ਦੇ ਵਿੱਚ ਇੱਕ ਦੂਜੇ ਨਾਲ, ਹਾਂਜੀ, ਤਾਂ 1928 ਦੇ ਵਿੱਚ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦੀ ਸਥਾਪਨਾ ਕਿੱਥੇ ਹੋਈ ਸੀਗੀ, ਤਾਂ ਹੁਣ ਇਹਦਾ ਸੋਚ ਸਮਝ ਕੇ ਆਂਸਰ ਦਿਓ ਵੀ 20 ਨੰਬਰ ਦਾ, ਹਾਂਜੀ 20 ਨੰਬਰ ਦਾ ਆਂਸਰ ਤੁਸੀਂ ਸੋਚ ਸਮਝ ਕੇ ਦੇਣਾ ਹੈਗਾ ਕਿ ਆਂਸਰ ਦਿਓਗੇ, ਦੇਖੋ ਉਹਦਾ ਆਲਮੋਸਟ ਤੁਹਾਨੂੰ ਪਤਾ ਹੋਊਗਾ ਵੈਸੇ ਇਹਦਾ, ਚਲੋ ਤੁਸੀਂ ਇਹਦਾ ਆਂਸਰ ਦੇਤਾ ਵੀ ਸਾਰਿਆਂ ਨੇ, ਇਹਦਾ ਆਂਸਰ ਆਊਗਾ ਸਾਡਾ ਦਿੱਲੀ, ਠੀਕ ਹੈ। ਦੇਖੋ ਤੁਹਾਨੂੰ ਕੀ ਪੁੱਛ ਰਿਹਾ, ਮੈਂ ਇੱਥੇ HRA ਲਿਖਿਆ, ਇੱਕ HRA ਸੀਗੀ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਸੀਗੀ, ਤਾਂ ਜਿਹੜੀ ਇਹ HRA ਸੀ ਇਹਦੀ ਸਥਾਪਨਾ ਹੋਈ ਸੀ 1924 ਦੇ ਸਚਿੰਦਰ ਨਾਥ ਸਾਨਿਆਲ ਨੇ ਕੀਤੀ ਸੀਗੀ, ਜਿਹੜੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਲ ਐਸੋਸੀਏਸ਼ਨ ਸੀ, ਤਾਂ ਇਹਦੀ ਸਥਾਪਨਾ ਦੇ ਵਿੱਚ ਜਿਹੜਾ ਸਭ ਤੋਂ ਮੇਨ ਯੋਗਦਾਨ ਪਾਇਆ ਸੀ ਤਾਂ ਉਹ ਪਾਇਆ ਸੀਗਾ ਚੰਦਰ ਸ਼ੇਖਰ ਆਜ਼ਾਦ ਨੇ, ਤਾਂ 1928 ਦੇ ਵਿੱਚ ਇਹਦੀ ਸਥਾਪਨਾ ਜਿਹੜੀ ਦਿੱਲੀ ਦੇ ਵਿੱਚ ਹੋਈ ਸੀਗੀ, ਤਾਂ ਆਂਸਰ ਇਹਦਾ ਦਿੱਲੀ ਆਊਗਾ, ਠੀਕ ਹੈ। ਚਲੋ ਤਾਂ ਤੁਹਾਡਾ ਕੁਸਚਨ ਇਹ ਗਲਤ ਹੋ ਗਿਆ ਵੀ ਕਈਆਂ ਦਾ, ਚਲੋ ਅੱਗੇ ਦੇਖਦੇ ਹਾਂ 21 ਨੰਬਰ ਕੁਸਚਨ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ, ਕਿਹਨੇ ਕੀਤੀ ਸੀ, ਇਹਦੇ ਵਿੱਚ ਸਭ ਤੋਂ ਉੱਘਾ ਰੋਲ ਜਿਹੜਾ ਪਲੇ ਕੀਤਾ ਸੀ ਤਾਂ ਕਿਹਨੇ ਕੀਤਾ ਸੀ ਬਈ ਇਹ, ਤਾਂ ਕੀਤਾ ਸੀ ਚੰਦਰ ਸ਼ੇਖਰ ਆਜ਼ਾਦ ਨੇ, ਚੰਦਰ ਸ਼ੇਖਰ ਆਜ਼ਾਦ ਸੀਗੇ, ਬਹੁਤ ਸਾਰੇ ਹੋਰ ਵੀ ਲੋਕ ਹੈਗੇ ਸੀ ਇਹਦੇ ਵਿੱਚ,
ਤੇ ਜਿਹਦੇ ਵਿੱਚ ਭਗਤੀ ਚਰਨ ਬੋਰਾ ਵੀ ਸੀਗੇ, ਸੁਖਦੇਵ ਵੀ ਸੀਗੇ, ਸ਼ਿਵ ਸ਼ਰਮਾ ਵੀ ਸੀਗੇ ਇਹਦੇ ਵਿੱਚ, ਠੀਕ ਹੈ ਜੀ। ਅਤੇ ਜੈਵਦੇਵ ਕਪੂਰ ਵੀ ਸੀ ਇਹਦੇ ਵਿੱਚ, ਠੀਕ ਹੈ। ਹਾਂ, ਫਿਰੋਜ਼ ਸ਼ਾਹ ਕੋਟਲਾ ਦੇ ਨੇੜੇ ਦੀ ਹੋਈ ਸੀ ਜੀ, ਫਿਰੋਜ਼ ਸ਼ਾਹ ਕੋਟਲਾ ਦਿੱਲੀ ਦੇ ਵਿੱਚ, ਇੱਕ ਛੋਟਾ ਜਿਹਾ ਕਸਬਾ ਟਾਈਪ, ਠੀਕ ਹੈ। ਹੁਣ ਤਾਂ ਖੈਰ ਵਿੱਚ ਹੀ ਮਰਜ਼ ਹੋ ਚੁੱਕਿਆ ਉਹਦੇ। ਨੈਕਸਟ ਹੈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਜਿਹੜੀ ਸੀਗੀ, ਆਰਮੀ ਜਾਂ ਕਹਿ ਲਓ, ਦੇ ਸੰਸਥਾਪਕ ਨੇਤਾਵਾਂ ਦੇ ਵਿੱਚੋਂ ਇੱਕ ਸੀਗਾ। ਤਾਂ ਕੌਣ ਸੀ ਇਹਦੇ ਵਿੱਚ? ਤਾਂ ਅੰਬੇਦਕਰ ਦੇ ਵਿੱਚ ਇਹਦੇ ਹੈ ਨਹੀਂ ਸੀਗੇ, ਸੁਭਾਸ਼ ਚੰਦਰ ਬੋਸ ਵੀ ਇਹਦੇ ਵਿੱਚ ਨਹੀਂ ਸੀਗੇ, ਜੈਪ੍ਰਕਾਸ਼ ਨਾਰਾਇਣ ਵੀ ਸੀਗੇ, ਭਗਤ ਸਿੰਘ ਇਹਦੇ ਵਿੱਚ ਸ਼ਾਮਿਲ ਸੀਗੇ ਜੀ, ਠੀਕ ਹੈ ਜੀ। ਤਾਂ 1928 ਦੇ ਵਿੱਚ ਜਿਹੜੀ ਸਾਡੀ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਜਿਹੜੀ ਸਥਾਪਿਤ ਹੋਈ ਸੀਗੀ, ਤਾਂ ਇਹਦੇ ਵਿੱਚ ਕੌਣ ਸ਼ਾਮਿਲ ਸੀ? ਭਗਤ ਸਿੰਘ ਵੀ ਇਹਦੇ ਵਿੱਚ ਸ਼ਾਮਿਲ ਸੀਗੇ। ਤੁਹਾਨੂੰ ਮੈਂ ਨਾਮ ਦੱਸ ਚੁੱਕਿਆ ਕਿਹੜੇ ਕਿਹੜੇ ਸੀ ਇਹਦੇ ਵਿੱਚ, ਜਿਵੇਂ ਭਗਤੀ ਚਰਨ ਬੋਰਾ ਸੀਗੇ, ਸੁਖਦੇਵ ਸਿੰਘ ਇਹਦੇ ਵਿੱਚ, ਸ਼ਿਵ ਸ਼ਰਮਾ ਸੀਗੇ, ਜੈਦੇਵ ਕਪੂਰ ਸੀਗੇ, ਠੀਕ ਹੈ, ਚੰਦਰ ਸ਼ੇਖਰ ਆਜ਼ਾਦ ਸੀ ਇਹਦੇ ਵਿੱਚ, ਭਗਤ ਸਿੰਘ ਇਹਦੇ ਵਿੱਚ ਸ਼ਾਮਿਲ ਸੀ ਇਸ ਦਾ ਨਿਰਮਾਣ ਕਰਨ ਦੇ ਵਿੱਚ, ਠੀਕ ਹੈ। ਚਲੋ, ਤਾਂ ਇੰਪੋਰਟੈਂਟ ਸੰਸਥਾ ਵੀ ਕਾਫੀ ਜ਼ਿਆਦਾ ਇਹ, ਤੁਹਾਨੂੰ ਕੁਸ਼ਚਨ ਪੁੱਛ ਸਕਦਾ ਇਹਦੇ ਬਾਰੇ। ਹਾਂਜੀ, ਤਾਂ ਇਹਨਾਂ ਇਹਨਾਂ ਇਸ ਤਰ੍ਹਾਂ ਦੇ ਕੁਸ਼ਚਨਾਂ ਵਾਸਤੇ ਤਿਆਰ ਰਿਹਾ ਕਰੋ ਬਈ, ਇਸ ਤਰ੍ਹਾਂ ਦੇ ਕੁਸ਼ਚਨ ਤੁਹਾਨੂੰ ਡਾਇਰੈਕਟ ਤੌਰ ਤੇ ਕੁਸ਼ਚਨ ਪੁੱਛੇ ਜਾਣਗੇ ਐਗਜ਼ਾਮ ਦੇ ਵਿੱਚ, ਬੜੇ ਸਿੰਪਲ ਜਿਹੇ ਕੁਸ਼ਚਨ ਤੁਹਾਨੂੰ ਪੁੱਛੇ ਜਾਣਗੇ, ਠੀਕ ਹੈ ਜੀ। ਪਰ ਇੱਕ ਵਾਰੀ ਐਂ ਹੁੰਦਾ ਵੀ ਜੇ ਅਸੀਂ ਕੁਸ਼ਚਨ ਨੂੰ ਗੋ ਥਰੂ ਕਰ ਲਈਏ ਆਪਣੇ ਦਿਮਾਗ ਦੇ ਵਿੱਚੋਂ, ਤਾਂ ਫਿਰ ਸਾਨੂੰ ਥੋੜ੍ਹੀ ਆਸਾਨੀ ਹੋ ਜਾਂਦੀ। ਇਸ ਕਰਕੇ ਨਾ ਕਈ ਤੁਹਾਡੇ ਵਿੱਚੋਂ ਸੋਚਦੇ ਹੋਣੇ ਵੀ ਅਸੀਂ ਕੋਈ ਨਹੀਂ, ਜਦੋਂ ਪੇਪਰ ਆਜੂਗਾ, ਪੇਪਰ ਦੀ ਡੇਟ ਡਿਕਲੇਅਰ ਹੋ ਜੂਗੀ, ਤਾਂ ਫਿਰ ਸਾਡੇ ਉੱਪਰ ਨਾ ਜ਼ਿਆਦਾ ਵਰਡਨ ਪੈਦਾ ਹੁੰਦਾ। ਇਸ ਕਰਕੇ ਨਾ ਥੋੜ੍ਹਾ 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 ਤੁਸੀਂ ਸਾਰੇ ਲਗਾਤਾਰ ਪੜ੍ਹਦੇ ਰਿਹਾ ਕਰੋ ਬਾਈ। ਚਲੋ, 23 ਨੰਬਰ ਕੁਸਚਨ ਦੇਖਦੇ ਹਾਂ ਕੀ ਕਹਿੰਦਾ ਹੈਗਾ। ਹੇਠ ਲਿਖਿਆਂ ਵਿੱਚੋਂ ਕਿਹੜਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਦਾ ਮੈਂਬਰ ਨਹੀਂ ਸੀ? ਤਾਂ ਚੰਦਰ ਸ਼ੇਖਰ ਆਜ਼ਾਦ ਵੀ ਹੈਗੇ ਸੀਗੇ, ਭਗਤ ਸਿੰਘ ਵੀ ਹੈਗੇ ਸੀਗੇ, ਸ਼ਿਵ ਵਰਮਾ ਵੀ ਹੈਗੇ ਸੀ, ਰਾਮ ਪ੍ਰਸਾਦ ਬਿਸਮਿਲ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ ਸੀਗਾ ਜੀ, ਠੀਕ ਹੈ ਜੀ। ਸਰਫਰੋਸ਼ੀ ਕੀ ਤਮੰਨਾ ਹਵਾ ਹਮਾਰੇ ਦਿਲ ਮੇ ਹੈ, ਠੀਕ ਹੈ, ਤਾਂ ਇਹਨਾਂ ਨੇ ਇਹ ਗਾਇਆ ਸੀ ਬਈ ਇਹ। ਤਾਂ ਇਹਦਾ ਰਾਮ ਪ੍ਰਸਾਦ ਬਿਸਮਿਲ ਦਾ ਸੰਬੰਧ ਤੁਹਾਨੂੰ ਪਤਾ ਹੀ ਕਿਹਦੇ ਨਾਲ ਸੀਗਾ ਜੀ, ਠੀਕ ਹੈ, ਕਕੌਰੀ ਕਾਂਡ ਨਾਲ ਸੰਬੰਧਿਤ ਸੀਗੇ ਇਹ। ਤਾਂ ਇਹਦਾ ਆਂਸਰ ਆਜੂਗਾ ਸਾਡਾ ਜੀ ਰਾਮ ਪ੍ਰਸਾਦ ਬਿਸਮਿਲ ਆਜੂਗਾ ਇਹਦਾ ਆਂਸਰ, ਠੀਕ ਹੈ ਜੀ। ਚਲੋ, ਨੈਕਸਟ ਹੈ ਬਈ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਜਿਹੜੇ ਸੀਗੇ, ਤਾਂ ਆਜ਼ਾਦ ਹੀ ਸੀ ਬਈ ਇਹ। ਤਾਂ ਕਹਿੰਦੇ ਮੈਂ ਆਜ਼ਾਦ ਹੀ ਰਹਿਣਾ ਚਾਹੁੰਦਾ ਹੈਗਾ, ਤਾਂ ਮੈਨੂੰ ਗ੍ਰਿਫਤਾਰ ਤਾਂ ਤੁਸੀਂ ਕਰ ਹੀ ਨਹੀਂ ਸਕਦੇ ਹੈਗੇ। ਤਾਂ ਅੰਗਰੇਜ਼ਾਂ ਨੇ ਇਹਨਾਂ ਨੂੰ ਕਿਵੇਂ ਮਾਰਿਆ ਸੀਗਾ? ਤਾਂ ਅੰਗਰੇਜ਼ਾਂ ਨੇ ਇਹਨਾਂ ਨੂੰ ਇਲਾਹਾਬਾਦ ਵਿੱਚ ਮਾਰਿਆ ਸੀ, ਇੱਕ ਪਾਰਕ ਦੇ ਵਿੱਚ। ਕਿਸ ਤਰ੍ਹਾਂ ਮਾਰਿਆ ਸੀਗਾ? ਮੁੱਠਭੇੜ ਹੋਈ ਸੀ ਇਹਨਾਂ ਦੀ ਆਪਸ ਦੇ ਵਿੱਚ ਅੰਗਰੇਜ਼ਾਂ ਦੇ ਦੁਆਰਾ, ਅੰਗਰੇਜ਼ਾਂ ਨਾਲ ਆਪਸ ਦੇ ਵਿੱਚ ਇਹਨਾਂ ਦੀ ਗੋਲਾਬਾਰੀ ਹੋ ਗਈ ਸੀ, ਅਤੇ ਗੋਲਾਬਾਰੀ ਦੇ ਵਿੱਚ ਇਹਨਾਂ ਨੂੰ ਮਾਰਿਆ ਗਿਆ ਸੀਗਾ, ਠੀਕ ਹੈ ਜੀ। ਅਤੇ ਉਹ ਦਰਖਤ ਹਜੇ ਵੀ ਇਲਾਹਾਬਾਦ ਦੇ ਵਿੱਚ ਮੌਜੂਦ ਹੈਗਾ ਉਸ ਪਾਰਕ ਦੇ ਵਿੱਚ, ਠੀਕ ਹੈ। ਚੰਦਰ ਸ਼ੇਖਰ ਆਜ਼ਾਦ ਦੇ ਨਾਮ ਦੇ ਉੱਪਰ ਪਾਰਕ ਹੈਗਾ ਉਹ। ਤਾਂ ਮੁੱਠਭੇੜ ਦੇ ਵਿੱਚ ਗੋਲੀਆਂ ਦੇ ਨਾਲ ਜਿਹੜੇ ਸੀ ਕ੍ਰਾਂਤੀਕਾਰੀ ਇਹ ਸ਼ਹੀਦ ਹੋ ਗਏ ਸੀ ਜੀ, ਠੀਕ ਹੈ ਜੀ। ਸ਼ਾਇਦ 27 ਫਰਵਰੀ 1931 ਦੀ ਤਰੀਕ ਹੈਗੀ, ਫਰਵਰੀ ਦੇ ਵਿੱਚ ਹੈ ਸ਼ਾਇਦ, ਮੈਂ ਜੇ ਨਹੀਂ ਕਰੈਕਟ ਹੈਗਾ ਤਾਂ ਤੁਸੀਂ ਕਰੈਕਟ ਕਰ ਦਿਓ ਵੀ ਕਿਹੜੀ ਤਰੀਕ ਸੀ। ਸ਼ਾਇਦ ਮੇਰੇ ਅਕੋਰਡਿੰਗ ਇਹਨਾਂ ਦੀ 27 ਫਰਵਰੀ ਸੀਗੀ, 1931 ਦੀ ਤਰੀਕ ਸੀਗੀ ਇਹ, ਠੀਕ ਹੈ ਜੀ। ਚਲੋ, 25 ਨੰਬਰ ਕੁਸਚਨ ਦੇਖਦੇ ਹਾਂਗੇ। ਹਾਂ, ਨਾਰੇ ਨੂਰੇ ਵੀ ਕਰਾਂਗੇ, ਨਾਰੇ ਪੋਲੀਟੀਕਲ ਦੇ ਵਿੱਚ ਹੁੰਦੇ ਨਾਰੇ ਬਾਈ, ਠੀਕ ਹੈ। ਬਾਕੀ ਦਾ ਜਿਹੜੇ ਤੁਹਾਡੇ ਇਹਦੇ ਵਿੱਚ ਹੋਣਗੇ, ਹਾਂਜੀ ਹਾਂਜੀ, ਇਹਨਾਂ ਨੂੰ ਖੁਦ ਨੂੰ ਗੋਲੀ ਮਾਰ ਲਈ ਸੀ ਜੀ। ਅਤੇ ਨਾਰੇ ਜ਼ਿਆਦਾਤਰ ਪੋਲੀਟੀਕਲ ਸਾਇੰਸ ਦੇ ਕੁਸਚਨ ਦੇ ਵਿੱਚ ਪੁੱਛੇ ਜਾਂਦੇ ਨੇਗੇ। ਇਹਦੇ ਵਿੱਚ ਚਲੋ ਜਿਵੇਂ ਫੇਮਸ ਨਾਰੇ ਹੈਗੇ ਨੂੰ ਤਾਂ ਆਪਾਂ ਨਾਲ ਨਾਲ ਕਰ ਹੀ ਰਹਾਂਗੇ ਇਹਦੇ ਵਿੱਚ। ਤਾਂ ਭਗਤ ਸਿੰਘ ਨੇ ਸੈਂਟਰਲ ਅਸੈਂਬਲੀ ਦੇ ਵਿੱਚ ਬੰਬ ਸੁੱਟਿਆ ਸੀ ਬਈ, ਕਿਹਦੇ ਨਾਲ ਸੁੱਟਿਆ ਸੀਗਾ? ਤਾਂ ਇਹਦੇ ਨਾਲ ਨਾਲ ਕੌਣ ਸੀ ਬਈ ਇਹ? ਤਾਂ ਇਹਨਾਂ ਨਾਲ ਸੀ ਬਟੂਕੇਸ਼ਵਰ ਦੱਤ, ਠੀਕ ਹੈ। ਬਟੂਕੇਸ਼ਵਰ ਦੱਤ ਇਹਨਾਂ ਨਾਲ ਸੀਗੇ, ਪਰ ਬਟੂਕੇਸ਼ਵਰ ਦੱਤ ਨੂੰ ਫਾਂਸੀ ਇਹਦੇ ਵਿੱਚ ਨਹੀਂ ਹੋਈ ਸੀ ਇਸ ਕੇਸ ਦੇ ਵਿੱਚ, ਤਾਂ ਫਾਂਸੀ ਤੋਂ ਇਹ ਬਚ ਗਏ ਸੀ ਜੀ, ਠੀਕ ਹੈ ਜੀ। ਅੱਗੇ ਜੀ ਦੇਖਦੇ ਹਾਂ ਜੀ, 26 ਨੰਬਰ ਕੁਸਚਨ ਕੀ ਕਹਿੰਦਾ ਹੈਗਾ। 26 ਨੰਬਰ ਕੁਸਚਨ ਕਹਿ ਰਿਹਾ ਹੈਗਾ, ਕਹਿੰਦਾ ਭਗਤ ਸਿੰਘ ਨੂੰ ਉਸਦੇ ਦੋ ਸਾਥੀਆਂ ਦੇ ਨਾਲ 23 ਮਾਰਚ 1931, ਹੁਣ ਸਿੰਪਲ ਜਿਹੇ ਕੁਸਚਨ ਤੁਹਾਡੇ ਪੇਪਰ ਦੇ ਵਿੱਚ ਵੀ ਆਏ ਹੋਏ ਇਸ ਤਰ੍ਹਾਂ ਦੇ, ਭਗਤ ਸਿੰਘ ਨੂੰ ਫਾਂਸੀ ਕਦੋਂ ਹੋਈ ਸੀ? ਤਾਂ ਸਿੰਪਲ ਬਤਾਇਆ ਉਹਨੇ, ਬੱਚੇ ਬੱਚੇ ਨੂੰ ਪਤਾ ਵੀ ਇਹ ਹੈ ਨਾ, ਫਾਂਸੀ ਭਗਤ ਸਿੰਘ ਨੂੰ ਕਦੋਂ ਹੋਈ ਸੀਗੀ, ਹੈ ਨਾ। ਤਾਂ ਸਾਰੇ ਜਾਣਦੇ ਆਪਾਂ ਇਸ ਬਾਰੇ, ਹੈ ਨਾ। ਤਾਂ ਇਹ ਤਾਂ ਤੁਹਾਨੂੰ ਸਿੰਪਲ ਕੁਸਚਨ, ਇਹੋ ਜਿਹੇ ਕੁਸਚਨ ਵੀ ਤੁਹਾਨੂੰ ਐਗਜ਼ਾਮ 'ਚ ਪੁੱਛੇ ਜਾਂਦੇ ਨੇ, ਕਹਿਣ ਦਾ ਮਤਲਬ ਹੈ ਵੀ ਭਗਤ ਸਿੰਘ ਨੂੰ ਫਾਂਸੀ ਕਦੋਂ ਹੋਈ ਸੀ, ਤਾਂ ਇਹ ਤਾਂ ਹਰੇਕ ਨੂੰ ਕੁਸਚਨ ਪਤਾ ਹੋ ਗਿਆ ਇਹਦਾ ਬਾਰੇ। ਅਤੇ ਪਲੀਜ਼ ਲਾਈਕ ਜ਼ਰੂਰ ਕਰ ਦਿਓ ਬਈ, ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਹੈ ਨਾ। ਅਤੇ ਜਿੰਨੇ ਤੁਸੀਂ ਵਾਚਿੰਗ ਕਰ ਰਹੇ ਹੋ ਉਹਨੂੰ ਇਸ ਤਰੀਕੇ ਨਾਲ ਲਾਈਕ ਤੁਸੀਂ ਕਰ ਦਿਆ ਕਰੋ, ਉਹਨੂੰ ਸਾਰੇ ਕਰਕੇ ਜਾਇਆ ਕਰੋ ਲਾਈਕ ਬਈ। ਚਲੋ, ਤਾਂ ਕਿਹੜੇ ਕਿਹੜੇ ਸੀ ਇਹਨਾਂ ਦੇ ਸਾਥੀ ਬਈ? ਇੱਕ ਰਾਜਗੁਰੂ ਸੀਗੇ, ਇੱਕ ਸੁਖਦੇਵ ਸਿੰਘ, ਇਹਨਾਂ ਦੇ ਨਾਲ ਇਹਨਾਂ ਨੂੰ ਸਜ਼ਾ ਜਿਹੜੀ ਸੀ ਉਹ ਫਾਂਸੀ ਦੀ ਸਜ਼ਾ ਜਿਹੜੀ ਸੀ ਉਹ ਹੋ ਗਈ ਸੀ 23 ਮਾਰਚ 1931 ਨੂੰ ਹੋ ਗਈ ਸੀ, ਠੀਕ ਹੈ।
ਇਨਕਲਾਬ ਜਿੰਦਾਬਾਦ ਦਾ ਨਾਰਾ ਤੁਹਾਨੂੰ ਪਤਾ ਕਿਹਨੇ ਦਿੱਤਾ ਸੀ? ਫੇਮਸ ਨਾਰਾ ਸੀ ਇਨਕਲਾਬ ਜਿੰਦਾਬਾਦ, ਸਰਵਹਾਰਾ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ, ਹੈ ਨਾ? ਤਾਂ ਇਹ ਸਾਰਾ ਨਾਰਾ ਕਿਹਨੇ ਦਿੱਤਾ ਸੀ ਬਈ? ਇਹ ਜਦੋਂ ਉਹ ਪੇਸ਼ੀ ਦੇ ਲਈ ਜਾਇਆ ਕਰਦੇ ਸੀ ਤਾਂ ਉੱਥੇ ਨਾਰੇ ਲਾਇਆ ਕਰਦੇ ਸੀਗੇ, ਤਾਂ ਇਹ ਨਾਰਾ ਕਿਹਨੇ ਦਿੱਤਾ ਸੀ? ਇਨਕਲਾਬ ਜਿੰਦਾਬਾਦ ਦਾ ਨਾਰਾ ਵੀ ਦਿੱਤਾ ਸੀ ਇਹ, ਤਾਂ ਦਿੱਤਾ ਸੀ ਜੀ ਭਗਤ ਸਿੰਘ ਦੁਆਰਾ ਨਾਰਾ ਦਿੱਤਾ ਗਿਆ ਸੀ ਇਹ, ਠੀਕ ਹੈ ਜੀ। ਚਲੋ 28 ਨੰਬਰ ਕੁਸਚਨ ਦੇਖਦੇ ਹਾਂਗੇ। 28 ਨੰਬਰ ਕੁਸਚਨ ਕੀ ਕਹਿੰਦਾ ਹੈਗਾ? ਕਕੋਰੀ ਕੇਸ ਦੇ ਨਾਮਜ਼ਦ ਦੇ ਬਚਾਓ ਦੇ ਲਈ ਕਿਸਦੀ ਪ੍ਰਧਾਨਗੀ ਦੇ ਵਿੱਚ ਇੱਕ ਸਮਿਤੀ ਦਾ ਗਠਨ ਹੋਇਆ ਸੀਗਾ? ਮਤਲਬ ਇਸ ਕਕੋਰੀ ਕੇਸ, ਜਿਹੜਾ ਤੁਹਾਨੂੰ ਪਤਾ ਹੀ ਫੇਮਸ ਕੇਸ ਸੀਗਾ ਇਹ, ਤੇ ਇਹਦੀ ਪ੍ਰਧਾਨਗੀ ਦੇ ਲਈ ਇੱਕ ਵਕੀਲਾਂ ਦਾ ਇੱਕ ਸੰਗਠਨ ਬਣਿਆ ਸੀ, ਤਾਂ ਇਹਨੂੰ ਇਹਨਾਂ ਇਸ ਕੇਸ ਦੇ ਵਿੱਚ ਬਚਾਉਣ ਦੇ ਲਈ। ਹਾਂਜੀ ਹਾਂਜੀ ਬਿਲਕੁਲ, ਮੈਂ ਵੀ ਗਿਆ ਹਾਂ ਫਿਰੋਜ਼ਪੁਰ ਬਾਰਡਰ ਦੇ ਉੱਪਰ, ਠੀਕ ਹੈ, ਦੇਖਿਆ ਸੀ ਹੁਸੈਨੀ ਵਾਲਾ, ਅਤੇ ਉਹਨਾਂ ਦੀ ਜਿਹੜੀ ਪਰੇਡ ਹੁੰਦੀ ਉਹ ਵੀ ਦੇਖੀ ਸੀਗੀ। ਕਾਫੀ ਟਾਈਮ ਹੋ ਗਿਆ ਗਏ ਨੂੰ, ਮਤਲਬ 12-13 ਸਾਲ ਹੋ ਗਏ, ਮਤਲਬ ਛੋਟੇ ਹੁੰਦੇ ਸੀ ਉਦੋਂ ਗਏ ਸੀਗੇ, 18-20 ਸਾਲ ਦੇ ਹੋਵਾਂਗੇ ਉਦੋਂ ਗਏ ਸੀਗੇ। ਹਾਂਜੀ, ਤਾਂ ਕਕੌਰੀ ਕਿਹਨੂੰ ਬਣਾਇਆ ਗਿਆ ਸੀ ਬਈ ਇਹ? ਤੈਅ ਬਣਾਇਆ ਗਿਆ ਸੀ ਗੋਬਿੰਦ ਵੱਲਭ ਪੰਤ, ਠੀਕ ਹੈ ਜੀ, ਗੋਬਿੰਦ ਵੱਲਭ ਪੰਤ ਦੀ ਅਗਵਾਈ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਆਂਸਰ ਆਊਗਾ ਜੀ। ਹਾਂਜੀ ਹਾਂਜੀ ਸੁਖਜਿੰਦਰ, ਇੱਕੋ ਹੀ ਪੇਪਰ ਹੈ ਬਈ ਇਸ ਵਾਰ ਲੈਕਚਰਰ ਵਾਸਤੇ, ਇੱਕੋ ਪੇਪਰ ਰੱਖਿਆ ਇਹਨਾਂ ਨੇ, ਠੀਕ ਹੈ। ਬਾਕੀ ਕੱਲ ਨੂੰ ਕੀ ਚੇਂਜ ਹੋ ਜਾਂਦਾ, ਦੇਖੋ ਫਿਲਹਾਲ ਤਾਂ ਇੱਕੋ ਪੇਪਰ ਹੈਗਾ, ਇਸ ਵਾਰ ਕੁਛ ਚੇਂਜ ਕਰ ਦਿੰਦੇ ਤਾਂ ਫਿਰ ਆਪਾਂ ਕਹਿ ਨਹੀਂ ਸਕਦੇ, ਫਿਲਹਾਲ ਇੱਕੋ ਪੇਪਰ ਹੈ ਜੀ। ਹੇਠ ਲਿਖਿਆਂ ਵਿੱਚੋਂ ਉਹ ਕੌਣ ਸੀ ਜੋ ਕਕੌਰੀ ਸਾਜਿਸ਼ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਤੋਂ ਬਚ ਗਿਆ ਸੀਗਾ? ਤਾਂ ਸਫਾਕੁੱਲਾ ਖਾਨ ਨੂੰ ਵੀ ਫਾਂਸੀ ਹੋ ਗਈ ਸੀ, ਰਜਿੰਦਰ ਲਹਿਰੀ ਨੂੰ ਫਾਂਸੀ ਹੋ ਗਈ ਸੀ, ਰਾਮ ਪ੍ਰਸਾਦ ਬਿਸਮਿਲ ਨੂੰ ਵੀ ਹੋ ਗਈ ਸੀਗੀ। ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਸੀ ਚੰਦਰ ਸ਼ੇਖਰ ਆਜ਼ਾਦ ਵੀ, ਪਰ ਇਹ ਚੰਦਰ ਸ਼ੇਖਰ ਆਜ਼ਾਦ ਜਿਹੜੇ ਸੀਗੇ, ਕਿਉਂਕਿ ਨਾਮ ਹੀ ਆਜ਼ਾਦ ਹੈ ਬਈ, ਤਾਂ ਇਹ ਫਰਾਰ ਹੋ ਗਏ ਸੀਗੇ, ਠੀਕ ਹੈ ਜੀ। ਚਲੋ ਤਾਂ ਆਂਸਰ ਆ ਜੂਗਾ ਚੰਦਰ ਸ਼ੇਖਰ ਆਜ਼ਾਦ ਬਈ ਇਹਦਾ। 30 ਨੰਬਰ ਕੁਸਚਨ ਦੇਖਦੇ ਹਾਂ ਕੀ ਕਹਿੰਦਾ। 30 ਨੰਬਰ ਕੁਸਚਨ, ਕਕੌਰੀ ਸਾਜਿਸ਼ ਕੇਸ ਕਿਸ ਸਾਲ ਹੋਇਆ ਸੀਗਾ? ਠੀਕ ਹੈ, ਕਿਸ ਸਾਲ ਹੋਇਆ ਸੀ ਬਈ ਕਕੌਰੀ ਸਾਜਿਸ਼ ਕੇਸ ਜਿਹੜਾ ਹੋਇਆ ਸੀ ਤੁਹਾਨੂੰ ਪਤਾ ਜੀ ਇਹ, ਠੀਕ ਹੈ, 9 ਅਗਸਤ 1925 ਨੂੰ ਟ੍ਰੇਨ ਲੁੱਟੀ ਗਈ ਸੀਗੀ, ਸੋਨਾ ਕੁਛ ਲੁੱਟਿਆ ਗਿਆ ਸੀ, ਕੁਛ ਪੈਸੇ ਲੁੱਟੇ ਗਏ ਸੀ ਇਹਦੇ ਵਿੱਚੋਂ, ਠੀਕ ਹੈ, ਅਤੇ 1925 ਦੇ ਵਿੱਚ ਹੋਇਆ ਸੀ ਵੀ ਕਕੌਰੀ ਕੈਂਡ, ਠੀਕ ਹੈ। ਸਹਾਰਨਪੁਰ ਤੋਂ ਲਖਨਊ ਜਿਹੜੀ ਟ੍ਰੇਨ ਜਾ ਰਹੀ ਸੀਗੀ, ਉਹਦੇ ਵਿੱਚੋਂ ਇਹਨਾਂ ਨੇ ਜਿਹੜੇ ਸਾਡੇ ਕ੍ਰਾਂਤੀਕਾਰੀ ਸੀ ਸਫਾਕੁੱਲਾ ਖਾਨ, ਚੰਦਰ ਸ਼ੇਖਰ ਆਜ਼ਾਦ ਹੋ ਰਹੀ, ਠੀਕ ਹੈ, ਰਜਿੰਦਰ ਲਹਿਰੀ ਹੋ ਰਹੀ, ਠੀਕ ਹੈ, ਰਾਮ ਪ੍ਰਸਾਦ ਬਿਸਮਿਲ ਹੋ ਰਹੀ, ਇਹਨਾਂ ਨੇ ਸਾਰਿਆਂ ਨੇ ਜਿਹੜੀ ਸੀ ਇਹ ਲੁੱਟੀ ਸੀ ਬਈ, ਠੀਕ ਹੈ ਜੀ। ਚਲੋ ਤਾਂ 30 ਨੰਬਰ ਦਾ ਆਂਸਰ ਆਜੂਗਾ ਸਾਡਾ ਜੀ 1925। ਚਲੋ ਨੈਕਸਟ ਹੈ ਜੀ 31 ਨੰਬਰ ਕੁਸਚਨ ਦੇਖਦੇ ਹਾਂ, ਸ਼ਾਇਦ ਇਹਦਾ ਆਂਸਰ ਤੁਸੀਂ ਕਈਆਂ ਨੇ ਨਹੀਂ ਪੜਿਆ ਹੋਊਗਾ। ਹਾਂਜੀ ਠੀਕ ਹੈ, ਚਲੋ ਤਾਂ ਇਹਨਾਂ ਵਿੱਚੋਂ ਕਿਹੜਾ ਕਕੌਰੀ ਕੇਸ ਮੁਕੱਦਮੇ ਦੇ ਵਿੱਚ ਸਰਕਾਰੀ ਵਕੀਲ ਸੀਗਾ ਜੀ? ਸਰਕਾਰੀ ਵਕੀਲ ਦਾ ਨਾਮ ਦੱਸਣਾ ਇਹ, ਤੁਸੀਂ ਇਹਦਾ ਆਂਸਰ ਕਰੋ ਵੀ ਕੌਣ ਸੀਗਾ ਸਰਕਾਰੀ ਵਕੀਲ ਦਾ। ਮੈਂ ਵੇਟ ਕਰ ਰਿਹਾ ਆਂਸਰ ਦੀ ਇਹਦੇ, ਠੀਕ ਹੈ। ਆਂਸਰ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਬਈ ਵੀਡੀਓ ਨੂੰ, ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਗੇ ਆਪਣੇ ਸਾਥੀ ਮਿੱਤਰਾਂ ਤੱਕ, ਦੋਸਤਾਂ ਤੱਕ, ਠੀਕ ਹੈ ਜੀ। ਅਤੇ ਜੇ ਲੋਕਾਂ ਦਾ ਭਲਾ ਕਰੋਗੇ ਤਾਂ ਫਿਰ ਤੁਹਾਡਾ ਜ਼ਰੂਰ ਭਲਾ ਹੋਊਗਾ ਬਈ ਇਹ। ਹਾਂਜੀ, 31 ਕਰਕੇ ਆਂਸਰ ਦਿਓ ਬਈ ਇਹਦਾ, ਕੀ ਆਊਗਾ ਇਹਦਾ? ਪੜ੍ਹਿਆ ਮਤਲਬ ਅਸੀਂ ਸਾਰਿਆਂ ਨੇ ਨਾ ਇਹ। ਚਲੋ ਤਾਂ ਸਰਕਾਰੀ ਵਕੀਲ ਦਾ ਨਾਮ ਤੁਹਾਨੂੰ ਪਤਾ ਵੀ ਸਾਰਿਆਂ ਨੂੰ, ਇਹਦਾ ਕੀ ਆਊਗਾ ਜੀ? ਜਗਤ ਨਾਰਾਇਣ ਮੁੱਲਾ ਜਿਹੜਾ ਸੀ ਸਰਕਾਰੀ ਵਕੀਲ ਸੀਗਾ, ਠੀਕ ਹੈ ਜੀ। ਚਲੋ ਇਹਨਾਂ ਦੇ ਨਾਮ ਵੀ ਕਈ ਵਾਰ ਪੜ੍ਹਨੇ ਪੈ ਜਾਂਦੇ ਸਾਨੂੰ ਇਹ। 32 ਨੰਬਰ ਕੁਸਚਨ ਦੇਖੋ ਕੀ ਕਹਿੰਦਾ ਜੀ। ਕਹਿੰਦਾ ਇਹਨਾਂ ਵਿੱਚੋਂ ਕ੍ਰਾਂਤੀਕਾਰੀਆਂ ਦੇ ਵਿੱਚੋਂ ਕਿਹੜਾ ਕਕੌਰੀ ਸਾਜਿਸ਼ ਕੇਸ ਦੇ ਨਾਲ ਜੁੜਿਆ ਹੋਇਆ ਨਹੀਂ ਸੀਗਾ? ਤਾਂ ਰਾਮ ਪ੍ਰਸਾਦ ਬਿਸਮਿਲ ਦਾ ਸੰਬੰਧ ਵੀ ਹੈਗਾ ਸੀਗਾ, ਰੋਸ਼ਨ ਲਾਲ ਦਾ ਸੰਬੰਧ ਵੀ ਹੈਗਾ ਸੀ, ਭਗਤ ਸਿੰਘ ਇਸ ਕੇਸ ਦੇ ਨਾਲ ਨਹੀਂ ਜੁੜੇ ਹੋਏ ਸੀਗੇ। ਭਗਤ ਸਿੰਘ ਦਾ ਜਿਹੜਾ ਸੰਬੰਧ ਸੀਗਾ ਉਹ ਲਾਹੌਰ ਸਾਜਿਸ਼ ਕੇਸ ਜਾਂ ਫਿਰ ਸਾਂਡਰਸ ਕੇਸ ਦੇ ਨਾਲ ਸੀਗਾ ਜੀ। ਅਸ਼ਫਾਕੁੱਲਾ ਖਾਨ ਦਾ ਵੀ ਸੰਬੰਧ ਵੀ ਹੈਗਾ ਸੀ ਇਹਦੇ ਵਿੱਚ, ਤਾਂ ਇਹਦਾ ਆਂਸਰ ਸਾਡਾ ਜੀ 32 ਦਾ ਆਂਸਰ ਕੀ ਆਜੂਗਾ ਜੀ? ਭਗਤ ਸਿੰਘ ਆਜੂਗਾ ਦਾ ਆਂਸਰ।
ਠੀਕ ਹੈ ਜੀ। ਚਲੋ ਅੱਗੇ ਦੇਖਦੇ ਹਾਂ ਕੁਸਚਨ ਕੀ ਕਹਿੰਦਾ, 33 ਨੰਬਰ ਕੁਸਚਨ ਦੇਖ ਲੈਣੇ ਕੀ ਕਹਿੰਦਾ, ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ। ਹੁਣ ਇਹ ਹੈਗੀ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ HRA ਹੈ ਇਹ, ਉਹ HSRA ਸੀਗੀ 1924 ਦੇ ਵਿੱਚ ਗਠਨ ਕੀਤਾ ਗਿਆ ਸੀ, ਤਾਂ ਉਹ ਜਗ੍ਹਾ ਕਿਹੜੀ ਸੀ। ਹੁਣ ਇਹਦਾ ਆਂਸਰ ਕੀ ਆਊਗਾ, ਇਹਦਾ ਆਂਸਰ ਮੈਂ ਜਿਹੜਾ ਤੁਹਾਨੂੰ ਪਹਿਲਾਂ ਕੁਸਚਨ ਪੁੱਛਿਆ ਸੀਗਾ, ਤਾਂ ਇਹਦੇ ਅਕੋਰਡਿੰਗ ਆਂਸਰ ਕੀ ਬਣੂਗਾ ਸਾਡਾ, ਇਹ ਕਾਨਪੁਰ ਬਣੂਗਾ। ਪਰ ਜੇ ਤੁਹਾਨੂੰ ਪੁੱਛਦਾ ਹੈਗਾ ਵੀ HSRA ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ ਸੀਗੀ, ਠੀਕ ਹੈ ਜੀ, ਤਾਂ ਇਹ ਤੁਹਾਨੂੰ ਪਤਾ ਵੀ ਸਚਿੰਦਰ ਨਾਥ ਸਾਨਿਆਲ ਦੁਆਰਾ ਸੰਸਥਾ ਦੀ ਸਥਾਪਨਾ ਕੀਤੀ ਗਈ ਸੀ ਇਹਦੇ ਵਿੱਚ ਬਈ, ਠੀਕ ਹੈ ਜੀ। ਅਤੇ ਇਹਦੇ ਸ਼ਾਇਦ ਮੈਂਬਰ ਚੰਦਰ ਸ਼ੇਖਰ ਆਜ਼ਾਦ ਵੀ ਹੈਗੇ ਸੀਗੇ। ਤਾਂ ਇਹਦੀ ਸਥਾਪਨਾ ਕਾਨਪੁਰ ਦੇ ਵਿੱਚ ਹੋਈ ਸੀ, ਜਿਹੜੀ HSRA ਸੀਗੀ ਇਹਦੀ ਸਥਾਪਨਾ ਦਿੱਲੀ ਦੇ ਵਿੱਚ ਹੋਈ ਸੀ, ਫਿਰੋਜ਼ ਸ਼ਾਹ ਕੋਟਲਾ ਦੇ ਨੇੜੇ, ਠੀਕ ਹੈ ਜੀ। ਚਲੋ ਅੱਗੇ ਦੇਖਦੇ ਹਾਂ ਅਸੀਂ, 34 ਨੰਬਰ ਕੁਸਚਨ ਦੇਖੋ ਕੀ ਕਹਿੰਦਾ, ਹੇਠ ਲਿਖੇ ਵਿੱਚੋਂ ਕਿਸ ਜੇਲ੍ਹ ਦੇ ਵਿੱਚ ਪੰਡਿਤ ਰਾਮ ਪ੍ਰਸਾਦ ਬਿਸਮਿਲ ਨੂੰ ਫਾਂਸੀ ਹੋਈ ਸੀ, ਠੀਕ ਹੈ। ਤਾਂ ਇਹਨਾਂ ਨੂੰ ਕਿਸ ਜੇਲ੍ਹ ਦੇ ਵਿੱਚ ਫਾਂਸੀ ਦਿੱਤੀ ਗਈ ਸੀ, ਤਾਂ ਦਿੱਤੀ ਗਈ ਸੀ ਬਈ ਇਹ ਗੋਰਖਪੁਰ ਦੇ ਵਿੱਚ, ਠੀਕ ਹੈ, ਗੋਰਖਪੁਰ ਦੇ ਵਿੱਚ ਦਿੱਤੀ ਗਈ ਸੀਗੀ। ਤਾਂ ਇੱਕ ਸ਼ਾਇਦ ਕਹਾਵਤ ਵੀ ਕੋਈ ਇਹਨਾਂ ਨਾਲ ਜੁੜੀ ਹੋਈ ਹੈਗੀ, ਉਹ ਵੀ ਇਹਨਾਂ ਨੂੰ ਦੁੱਧ ਦੇਣ ਲਈ ਕਿਹਾ ਗਿਆ ਸੀ, ਤਾਂ ਕਹਿੰਦੇ ਵੀ ਹੁਣ ਆਪਣੀ ਮਾਂ ਦਾ ਦੁੱਧ ਹੀ ਪੀਊਂਗਾ, ਠੀਕ ਹੈ। ਇਸ ਕਰਕੇ ਇੰਪੋਰਟੈਂਟ ਆ ਵੀ ਰਾਮ ਪ੍ਰਸਾਦ ਬਿਸਮਿਲ ਦੇ ਕੁਸਚਨ ਵੀ ਉਸਨੂੰ ਪੁੱਛਿਆ ਜਾਂਦਾ, ਤਾਂ ਗੋਰਖਪੁਰ ਦੇ ਵਿੱਚ ਇਹਨੂੰ ਫਾਂਸੀ ਜਿਹੜੀ ਸੀ ਉਹ ਦਿੱਤੀ ਗਈ ਸੀ, ਗੋਰਖਪੁਰ ਜੇਲ੍ਹ ਦੇ ਵਿੱਚ। 35 ਨੰਬਰ ਕੁਸਚਨ ਦੇਖਦੇ ਹਾਂ, ਕਹਿੰਦੇ ਜੀ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਕਦੋਂ ਦਿੱਤੀ ਗਈ ਸੀ, ਤਾਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਜਿਹੜੀ ਹੋਈ ਸੀ 23 ਮਾਰਚ 1931 ਨੂੰ ਹੋਈ ਸੀ। ਸਿੰਪਲ ਕੁਸਚਨ ਹੈ, ਵੈਰੀ ਇੰਪੋਰਟੈਂਟ ਕੁਸਚਨ ਹੈ ਪਰ ਇਹ, ਠੀਕ ਹੈ, ਇਸ ਤਰ੍ਹਾਂ ਦੇ ਕੁਸਚਨ ਪੁੱਛੇ ਗਏ ਨੇ ਸਾਨੂੰ ਇਗਜ਼ਾਮ ਦੇ ਵਿੱਚ। ਕਿਹੜੇ ਕੇਸ 'ਚ ਫਾਂਸੀ ਸੁਣਾਈ ਗਈ ਸੀ, ਭਗਤ ਸਿੰਘ ਨੂੰ, ਸੁਖਦੇਵ ਅਤੇ ਰਾਜਗੁਰੂ ਨੂੰ ਕਿਹੜੇ ਕੇਸ 'ਚ ਫਾਂਸੀ ਦਾ ਸਜ਼ਾ ਸੁਣਾਈ ਗਈ ਸੀ, ਠੀਕ ਹੈ। ਤਾਂ ਕੇਸ ਦਾ ਨਾਮ ਤੁਹਾਨੂੰ ਪਤਾ ਵੀ ਲਾਹੌਰ ਸਾਜਿਸ਼ ਕੇਸ ਸੀਗਾ, ਜਾਂ ਇਹਨੂੰ ਸਾਂਡਰਸ ਕਤਲ ਕੇਸ ਵੀ ਅਸੀਂ ਆਖ ਦਿੰਦੇ ਹਾਂਗੇ। ਸਾਂਡਰਸ, ਠੀਕ ਹੈ, ਲਾਹੌਰ ਸਾਜਿਸ਼ ਕੇਸ ਜਾਂ ਫਿਰ ਸਾਂਡਰਸ ਕਤਲ ਕੇਸ ਦੇ ਤਹਿਤ ਦੁੱਧ ਪੀਣ ਤੋਂ ਇਨਕਾਰ ਕਰਤਾ ਸੀ ਇਹਨਾਂ ਨੇ ਜੀ। ਚਲੋ ਪਤਾ ਹੋਊ ਤੁਹਾਨੂੰ ਸਾਰਿਆਂ ਨੂੰ ਬਈ, ਵੈਸੇ ਨਾ ਸਾਡੇ ਚੈਨਲ ਦੇ ਨਾਲ ਸਾਰੇ ਲਗਭਗ ਇੰਟੈਲੀਜੈਂਟ ਸਟੂਡੈਂਟ ਜੁੜੇ ਹੋਏ ਨੇ ਬਈ ਇਹ, ਠੀਕ ਹੈ। ਚਲੋ ਕਈ ਵਾਰ ਡਾਊਟ ਹੁੰਦਾ ਕਿਸੇ ਨੂੰ, ਤਾਂ ਤੁਹਾਡੇ ਡਾਊਟ ਸਾਡੇ ਸਟੂਡੈਂਟ ਆਪ ਹੀ ਕਲੀਅਰ ਕਰ ਦਿੰਦੇ ਨੇ, ਠੀਕ ਹੈ। ਅਤੇ ਆਪਾਂ ਸਾਰੇ ਨੇ ਇੰਸ਼ੋਰ ਕਰਨਾ ਵੀ ਜਿਹੜੇ ਚੈਨਲ ਦੇ ਜੁੜੀ ਜਾਂਦੇ ਹੋ ਤੁਸੀਂ ਆਪਣੀ ਸਫਲਤਾ ਨੂੰ ਤੈਅ ਕਰਦੇ ਜਾਓ, ਠੀਕ ਹੈ, ਸ਼ੋਰ ਕਰਦੇ ਜਾਓ। ਅਤੇ ਆਪਣੇ ਗੱਲੇ ਦੇ ਵਿੱਚ ਤੁਸੀਂ ਨੰਬਰ ਸਾਰੇ ਇਹ ਭਰਨੇ ਸ਼ੁਰੂ ਕਰ ਦਿਉ, ਹੈ ਨਾ, ਵੀ ਸਾਡਾ ਫਲਾਣਾ ਟੋਪਿਕ ਹੈ, ਤਾਂ ਅਸੀਂ ਇਹਦੇ ਵਿੱਚ 5 ਨੰਬਰ ਨੇ, ਹੈ ਨਾ, 5 ਨੰਬਰ ਪੱਕੇ ਕਰ ਲਓ ਇਹਦੇ ਵਿੱਚੋਂ। UNO ਟੋਪਿਕ ਆਊਗਾ ਤਾਂ UNO 'ਚ 3-4 ਕੁਸਚਨ ਆਉਂਦੇ ਨੇ, ਤਾਂ ਉਹਦੇ ਨੰਬਰ ਤੁਸੀਂ ਪੱਕੇ ਕਰ ਲਓ, ਹੈ ਨਾ। ਹਿਸਟਰੀ ਦਾ ਫਲਾਣਾ ਟੋਪਿਕ ਹੈ, ਤਾਂ ਇਹਦੇ ਵਿੱਚ ਤੁਸੀਂ ਆਪਣੇ ਨੰਬਰ ਪੱਕੇ ਕਰ ਲਓ, ਨਾ, ਇਸ ਤਰ੍ਹਾਂ ਆਪਣੇ ਨੰਬਰ ਇਕੱਠੇ ਕਰਦੇ ਚਲੋ ਬਈ। ਚਲੋ ਅੱਗੇ ਦੇਖਦੇ ਹਾਂ, 37 ਨੰਬਰ ਕੁਸਚਨ ਕੀ ਕਹਿੰਦਾ, ਭਾਰਤੀ ਆਜ਼ਾਦੀ ਦੇ ਲਈ ਪਹਿਲੀ ਫਾਂਸੀ ਪਾਉਣ ਵਾਲੇ ਦਰਜ ਕੀਤੇ, ਮਤਲਬ ਰਿਕਾਰਡ, ਜਿਹਦਾ ਰਿਕਾਰਡ ਆ ਸਾਨੂੰ, ਵੈਸੇ ਸਾਨੂੰ ਉਸ ਦਾ ਵੀ ਕਿਸੇ ਹੋਰ ਨੂੰ ਵੀ ਫਾਂਸੀ ਹੋਈ ਹੋਵੇ, ਪਰ ਰਿਕਾਰਡ ਦੇ ਰੂਪ ਦੇ ਵਿੱਚ ਸਾਨੂੰ ਜਿਹੜਾ ਮਿਲਦਾ ਹੈਗਾ, ਰਿਕਾਰਡ ਮਿਲਦਾ ਹੈ, ਤਾਂ ਪਹਿਲੇ ਮੁਸਲਮਾਨ ਦਾ ਨਾਮ ਸਾਨੂੰ ਦੱਸਣਾ ਜੀ। ਤਾਂ ਕਕੌਰੀ ਕਾਂਡ ਦੇ ਵਿੱਚ ਇਹਨਾਂ ਨੂੰ ਫਾਂਸੀ ਮਿਲੀ ਸੀ, ਤਾਂ ਉਹ ਕੌਣ ਸੀਗੇ ਜੀ? ਉਹ ਅਸ਼ਫਾਕੁੱਲਾ ਖਾਨ ਸੀਗੇ, ਠੀਕ ਹੈ ਜੀ, ਅਸ਼ਫਾਕੁੱਲਾ ਖਾਨ, ਠੀਕ ਹੈ ਜੀ, ਹਾਂਜੀ। ਅੱਗੇ ਦੇਖਦੇ ਹਾਂ ਜੀ ਕੀ ਕਹਿੰਦਾ ਜੀ, ਸ਼ੇਰੇ ਪੰਜਾਬ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ, ਤੇ ਇਹਨਾਂ ਵਿੱਚੋਂ ਕੌਣ ਮਸ਼ਹੂਰ ਹਨ? ਤਾਂ ਸ਼ੇਰੇ ਪੰਜਾਬ ਦੇ ਨਾਲ ਕੌਣ ਮਸ਼ਹੂਰ ਨੇ ਜੀ ਇਹ? ਤਾਂ ਮਸ਼ਹੂਰ ਸੀ ਲਾਲਾ ਲਾਜਪਤ ਰਾਏ, ਠੀਕ ਹੈ, ਲਾਲਾ ਲਾਜਪਤ ਰਾਏ। 1920 ਦੇ ਵਿੱਚ ਜਿਹੜਾ ਕਾਂਗਰਸ ਦਾ ਸੰਮੇਲਨ ਹੋਇਆ ਸੀ ਉਹਦੇ ਵਿੱਚ ਪ੍ਰਧਾਨ ਵੀ ਰਹੇ ਨੇ ਕਾਂਗਰਸ ਦੇ ਇਹ, ਤਾਂ ਲਾਲਾ ਲਾਜਪਤ ਰਾਏ ਉਗਰਵਾਦੀ ਸੀਗੇ ਜੀ ਇਹ, ਹਾਂਜੀ। ਤਾਂ ਆਂਸਰ ਆਊਗਾ ਜੀ ਲਾਲਾ ਲਾਜਪਤ ਰਾਏ ਜੀ ਇਹਦਾ। ਨੈਕਸਟ ਆਈ 39 ਨੰਬਰ ਕੁਸਚਨ ਦੇਖਦੇ ਹਾਂ ਕੀ ਕਹਿੰਦੇ, ਪੰਜਾਬ ਕੇਸਰੀ ਦੀ ਉਪਾਧੀ ਕਿਹਨੂੰ ਦਿੱਤੀ ਗਈ? ਤਾਂ ਪੰਜਾਬ ਕੇਸਰੀ ਦੀ ਉਪਾਧੀ ਵੀ ਜਿਹੜੀ ਦਿੱਤੀ ਗਈ ਸੀ, ਉਹ ਵੀ ਕਿਹਨੂੰ ਦਿੱਤੀ ਗਈ ਸੀ? ਲਾਲਾ ਲਾਜਪਤ ਰਾਏ ਨੂੰ ਹੀ ਦਿੱਤੀ ਗਈ ਸੀ, ਠੀਕ ਹੈ ਜੀ, ਲਾਲਾ ਲਾਜਪਤ ਰਾਏ, ਠੀਕ ਹੈ ਜੀ। ਇੰਪੋਰਟੈਂਟ ਹੈ ਵੀ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਇਹਨਾਂ ਨੂੰ, ਠੀਕ ਹੈ, ਅਤੇ ਪੰਜਾਬ ਦਾ ਸ਼ੇਰ ਵੀ ਕਿਹਾ ਜਾਂਦਾ ਜੀ, ਠੀਕ ਹੈ ਜੀ। ਚਲੋ ਅੱਗੇ ਵੱਧਦੇ ਹਾਂ, ਦੇਖਦੇ ਹਾਂ ਕਹਿੰਦਾ, ਹੇਠ ਲਿਖਿਆਂ ਵਿੱਚੋਂ ਕਿਸ ਮਹਿਲਾ ਕ੍ਰਾਂਤੀਕਾਰੀ ਨੇ ਸਾਲਾਨਾ ਸਮਾਰੋਹ ਦੇ ਵਿੱਚ ਆਪਣੀ ਉਪਾਧੀ ਗ੍ਰਹਿਣ ਕਰਦੇ ਸਮੇਂ ਅੰਗਰੇਜ਼ ਗਵਰਨਰ ਦੇ ਉੱਪਰ ਗੋਲੀ ਚਲਾਤੀ ਸੀ? ਤਾਂ ਇਹ ਵਾਕਿਆ ਸੀਗਾ ਜੀ 1932 ਦਾ, ਜਿਹਦੇ ਵਿੱਚ ਇਹਨਾਂ ਨੇ ਸਾਲਾਨਾ ਜਿਹੜਾ ਸੰਮੇਲਨ ਹੁੰਦਾ ਸੀਗਾ,
ਬਈ ਸ਼ੇਰੇ ਪੰਜਾਬ ਕਿਹਾ ਜਾਂਦਾ ਸੀ, ਪਰ ਸ਼ੇਰੇ ਪੰਜਾਬ ਦੀ ਆਪਸ਼ਨ ਵੀ ਤਾਂ ਹੋਵੇ ਨਾ, ਆਪਾਂ ਨੂੰ ਕਈ ਵਾਰੀ ਆਪਸ਼ਨ ਦੇ ਅਕੋਰਡਿੰਗ ਵੀ ਆਨਸਰ ਦੇਣੇ ਪੈਂਦੇ ਹੁੰਦੇ ਨੇ। ਤਾਂ ਆਪਾਂ ਆਪਸ਼ਨ ਚੈੱਕ ਕਰੋ ਵੀ ਆਪਸ਼ਨ ਕਿਹੜੀ ਹੈਗੀ, ਮਹਾਰਾਜਾ ਰਣਜੀਤ ਸਿੰਘ ਆਪਸ਼ਨ ਤਾਂ ਮੈਨੂੰ ਲੱਗਦਾ ਹੈ ਨਹੀਂ ਸੀ ਉਹਦੇ ਵਿੱਚ, ਠੀਕ ਹੈ ਨਾ। ਤਾਂ ਜਿਹੜੀ ਆਪਸ਼ਨ ਹੁੰਦੀ ਆਪਸ਼ਨ ਦੇ ਅਕੋਰਡਿੰਗ ਦੇਖਣਾ ਪੈਂਦਾ ਵੀ ਆਪਾਂ ਨੂੰ ਕਿਹਨੂੰ ਕਿਹਾ ਜਾਂਦਾ ਸੀ, ਠੀਕ ਹੈ। ਤਾਂ ਦੋ ਆਪਸ਼ਨ ਨਹੀਂ ਪਾਊਗਾ, ਜੇ ਦੋ ਆਪਸ਼ਨ ਪਾਊਗਾ ਤਾਂ ਫਿਰ ਕੁਸ਼ਚਨ ਓਬਜੈਕਸ਼ਨ ਦੇ ਵਿੱਚ ਲੈ ਜਾਂਦਾ ਇਹ, ਠੀਕ ਹੈ। ਫਿਰ ਤੁਸੀਂ ਕੋਰਟ ਕੋਰਟ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਹੋ ਇਹਦੇ ਵਿੱਚ, ਠੀਕ ਹੈ ਜੀ। ਤਾਂ ਫਿਰ ਵਕੀਲਾਂ ਨੂੰ ਪੈਸੇ ਆਪਾਂ ਨੂੰ ਦੇਣੇ ਪੈਂਦੇ ਨੇ ਫਿਰ ਉਹਦੇ ਵਿੱਚ ਆ ਕੇ ਨਾ, ਤਾਂ ਉਹ ਮਾਮਲਾ ਫਿਰੋਲ ਜਿਹਾ ਆਉਂਦਾ ਹੁੰਦਾ ਥੋੜ੍ਹਾ ਜਿਹਾ ਨਾ। ਤਾਂ ਕੀ ਆਊਗਾ ਆਂਸਰ ਵੀ 1932 ਦੇ ਵਿੱਚ ਤਾਂ ਬੀਨਾ ਦਾਸ ਆਂਸਰ ਆਊਗਾ ਇਹਦਾ ਜੀ, ਬੀਨਾ ਦਾਸ ਨੇ ਗੋਲੀ ਚਲਾਤੀ ਸੀਗੀ ਇਹ, ਠੀਕ ਹੈ ਜੀ। ਚਲੋ ਇੰਪੋਰਟੈਂਟ ਹੈ ਕੁਸਚਨ ਇਹ। 41 ਨੰਬਰ ਕੁਸਚਨ ਦੇਖਦੇ ਹਾਂ, ਇਹਨਾਂ ਵਿੱਚੋਂ ਕਿਸ ਨੇ ਲਾਲਾ ਲਾਜਪਤ ਰਾਏ ਨੂੰ ਆਪਣਾ ਹਾਂਜੀ ਕਿਸੇ ਲਾਲਾ ਲਾਜਪਤ ਰਾਏ, ਆਪਸ਼ਨ ਥੋੜ੍ਹਾ ਉਹ ਹੋ ਗਿਆ ਵੀ ਕੁਸਚਨ ਦਾ ਇਹ। ਲਾਲਾ ਲਾਜਪਤ ਰਾਏ ਨੇ ਆਪਣਾ ਰਾਜਨੀਤਿਕ ਗੁਰੂ ਮੰਨਿਆ ਸੀ, ਨੇ ਆਪਣਾ ਰਾਜਨੀਤਿਕ ਗੁਰੂ ਮੰਨਿਆ ਸੀਗਾ, ਠੀਕ ਹੈ ਜੀ। ਤਾਂ ਉਹ ਮੋਜ਼ੀਨੀ, ਠੀਕ ਹੈ ਜੀ। ਮੋਜ਼ੀਨੀ ਜਿਹੜਾ ਸੀਗਾ ਇਹ ਇਟਲੀ ਦਾ ਇੱਕ ਰਾਸ਼ਟਰਵਾਦੀ ਸੀਗਾ, ਇਟਲੀ ਦਾ ਇੱਕ ਰਾਸ਼ਟਰਵਾਦੀ ਸੀ ਬਈ ਇਹ, ਠੀਕ ਹੈ ਜੀ। ਇਹ ਸ਼ਾਇਦ 1848 ਦੇ ਵਿੱਚ ਜਾਂ 48 ਦੇ ਵਿੱਚ ਸ਼ਾਇਦ 1848 ਦੇ ਵਿੱਚ ਇਟਲੀ ਦਾ ਤਾਨਾਸ਼ਾਹ ਬਣਿਆ ਸੀਗਾ, ਤਾਂ ਇਹਨੂੰ ਆਪਣਾ ਰਾਜਨੀਤਿਕ ਜਿਹੜਾ ਗੁਰੂ ਮੰਨਦੇ ਸੀ ਬਈ ਇਹ, ਠੀਕ ਹੈ ਜੀ। ਇਹ ਨਹੀਂ ਮੋਜ਼ੀਨੀ, ਮੋਜ਼ੀਨੀ ਆਊਗਾ ਆਂਸਰ ਇਹਦਾ। ਮੋਜ਼ੀਨੀ ਨੂੰ ਮੰਨਦੇ ਸੀ ਵੀ ਆਪਣਾ ਰਾਜਨੀਤਿਕ ਗੁਰੂ ਇਹ, 1848 ਦੇ ਵਿੱਚ ਇਟਲੀ ਦਾ ਸੀ ਰਾਸ਼ਟਰਵਾਦੀ ਇਹ, ਤੈਨੂੰ ਆਪਣਾ ਗੁਰੂ ਮੰਨਦੇ ਸੀ ਬਈ ਇਹ, ਠੀਕ ਹੈ ਜੀ। ਚਲੋ ਅੱਗੇ ਵੱਧਦੇ ਹਾਂ। 42 ਨੰਬਰ ਕੁਸਚਨ ਦੇਖਦੇ ਹਾਂ, ਕਹਿੰਦੇ ਜਤਨ ਦਾਸ ਕਿਸ ਦੋਸ਼ ਦੇ ਵਿੱਚ ਬੰਦੀ ਬਣਾਏ ਗਏ ਸੀਗੇ, ਠੀਕ ਹੈ। ਜਤਨ ਦਾਸ ਜਿਹੜੇ ਸੀਗੇ ਇਹ ਕਿਸ ਦੇ ਵਿੱਚ ਬੰਦੀ ਬਣਾਏ ਸੀ, ਤਾਂ ਇਹ ਲਾਹੌਰ ਸਾਜਿਸ਼ ਕੇਸ ਦੇ ਵਿੱਚ ਹੀ ਬੰਦੀ ਬਣਾਏ ਗਏ ਸੀ ਵੀ 64 ਦਿਨਾਂ ਤੱਕ ਇਹਨਾਂ ਨੇ ਹੜਤਾਲ ਕੀਤੀ ਸੀ, ਭੁੱਖ ਹੜਤਾਲ ਕੀਤੀ ਸੀ, ਅਤੇ 64 ਦਿਨਾਂ ਤੋਂ ਬਾਅਦ ਇਹਨਾਂ ਦੀ ਮੌਤ ਜਿਹੜੀ ਸੀ ਹੋ ਗਈ, ਠੀਕ ਹੈ ਜੀ। ਇਹਨਾਂ ਨੇ ਰਾਜਨੀਤਿਕ ਕੈਦੀਆਂ ਦਾ ਦਰਜਾ ਪ੍ਰਦਾਨ ਕਰਨ ਦੇ ਲਈ ਫਿਰ ਜਿਹੜੀ ਹੜਤਾਲ ਕੀਤੀ ਸੀਗੀ ਵੀ ਸਾਡੇ ਨਾਲ ਵੀ ਰਾਜਨੀਤਿਕ ਕੈਦੀਆਂ ਤੇ ਜਿਹੜਾ ਟ੍ਰੀਟ ਕੀਤਾ ਜਾਵੇ, ਠੀਕ ਹੈ ਜੀ। ਠੀਕ ਹੈ ਜੀ, ਤਾਂ ਕਿਹੜੇ ਕੇਸ ਦੇ ਤਹਿਤ ਹੋਈ ਸੀ ਵੀ ਇਹ? ਲਾਹੌਰ ਸਾਜਿਸ਼ ਕੇਸ ਦੇ ਤਹਿਤ ਹੋਈ ਸੀ। ਅੱਗੇ ਦੇਖਦੇ ਹਾਂ 43 ਨੰਬਰ ਕੁਸਚਨ ਦੇਖਦੇ ਹਾਂ, ਲਾਹੌਰ ਸਾਜਿਸ਼ ਕੇਸ ਦੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਸ ਕ੍ਰਾਂਤੀਕਾਰੀ ਨੂੰ ਫਾਂਸੀ ਹੋਈ ਸੀ ਬਈ? ਤਾਂ ਬੱਟੂ ਕੇਸ਼ਵਰ ਦੱਤ ਬਚ ਕੇ ਸੀ ਦੇ ਵਿੱਚ ਤਾਂ ਨਹੀਂ ਹੋਈ ਸੀ, ਸੋਰੀ ਨਹੀਂ ਹੋਈ ਸੀਗੀ, ਤਾਂ ਬੱਟੂ ਕੇਸ਼ਵਰ ਦੱਤ ਨੂੰ ਨਹੀਂ ਹੋਈ ਸੀ ਇਹਦੇ ਵਿੱਚ, ਤਾਂ ਆਂਸਰ ਤਾਂ ਇਹੀ ਆਊਗਾ ਇਹਦਾ। ਸੁਖਦੇਵ ਨੂੰ ਵੀ ਹੋ ਗਈ ਸੀ, ਰਾਜਗੁਰੂ ਨੂੰ ਵੀ ਹੋ ਗਈ ਸੀ, ਅਤੇ ਸਰਦਾਰ ਭਗਤ ਸਿੰਘ ਨੂੰ ਵੀ ਹੋ ਗਈ ਸੀ, ਠੀਕ ਹੈ ਜੀ। ਤਾਂ ਬੱਟੂ ਕੇਸ਼ਵਰ ਦੱਤ ਇਹਦੇ ਵਿੱਚ ਬਚ ਗਏ ਸੀ ਬਈ ਇਹ, ਠੀਕ ਹੈ। ਆਂਸਰ ਇਹਦਾ ਬੱਟੂ ਕੇਸ਼ਵਰ ਦੱਤ ਆਊਗਾ ਜੀ। 44 ਨੰਬਰ ਕੁਸਚਨ ਇੰਪੋਰਟੈਂਟ ਹੈਗਾ, ਸਰਫਰੋਸ਼ੀ ਕੀ ਤਵੰਨਾ ਅਬ ਹਮਾਰੇ ਦਿਲ ਮੇ ਹੈ, ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾ ਦਿਲ ਮੇ ਹੈ, ਠੀਕ ਹੈ। ਤਾਂ ਇਹ ਗੁਆਉਣ ਵਾਲੇ ਕੌਣ ਸੀ ਬਈ ਇਹ? ਤਾਂ ਇਹ ਸੀ ਜੀ ਰਾਮ ਪ੍ਰਸਾਦ ਬਿਸਮਿਲ, ਠੀਕ ਹੈ ਜੀ। ਰਾਮ ਪ੍ਰਸਾਦ ਬਿਸਮਿਲ ਨੇ ਗਾਇਆ ਸੀ ਬਈ ਇਹ, ਠੀਕ ਹੈ। ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ, ਠੀਕ ਹੈ ਜੀ। ਹਾਂਜੀ, ਤਾਂ ਅੱਜ ਨਵੇਂ ਸਟੂਡੈਂਟ ਕਿਹੜੇ ਕਿਹੜੇ ਆਏ ਬਈ, ਮਾੜਾ ਜਿਹਾ ਦੱਸ ਦਿਓ ਮੈਨੂੰ ਕਿਹੜੇ ਕਿਹੜੇ ਨਵੇਂ ਸਟੂਡੈਂਟ ਆਏ, ਉਹਨਾਂ ਦਾ ਸਵਾਗਤ ਕਰ ਦਈਏ। ਹਾਂਜੀ, ਅੱਗੇ ਦੇਖਦੇ ਹਾਂ ਕੁਸਚਨ 45 ਨੰਬਰ ਕੁਸਚਨ ਦੇਖਦੇ ਹਾਂ, ਕਹਿੰਦਾ ਲੰਡਨ ਦੇ ਵਿੱਚ 13 ਮਾਰਚ 1940 ਨੂੰ ਸਰ ਮਾਈਕਲ ਅਡਵਾਇਰ ਨੂੰ ਗੋਲੀ ਨਾਲ ਮਾਰਿਆ ਸੀਗਾ, ਤਾਂ ਮਾਈਕਲ ਅਡਵਾਇਰ ਨੂੰ ਗੋਲੀ ਨਾਲ ਕਿਹਨੇ ਮਾਰਿਆ ਸੀ ਬਈ ਇਹ? ਲਾਈਕ ਜ਼ਰੂਰ ਕਰ ਦਿਆ ਕਰੋ ਬਈ, ਲਾਈਕ ਤੁਸੀਂ ਬਹੁਤ ਘੱਟ ਕਰਦੇ ਹੋਗੇ, ਲਾਈਕ ਜ਼ਰੂਰ ਕਰ ਦਿਆ ਕਰੋ ਪਲੀਜ਼, ਠੀਕ ਹੈ। ਲਾਈਕ ਜ਼ਰੂਰ ਕਰ ਦਿਓ ਬਈ, ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਹੈ ਨਾ। ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਸਾਥੀ ਮਿੱਤਰਾਂ ਤੱਕ। ਹਾਂਜੀ,
ਤਾਂ ਕਿਹਨੇ ਮਾਰਿਆ ਸੀ ਬਈ? ਇਹ ਗੋਲੀ ਮਾਰੀ ਸੀ, ਮਾਈਕਲ ਅਡਵਾਇਰ ਨੂੰ ਗੋਲੀ ਮਾਰੀ ਸੀਗੀ, ਕਿਉਂਕਿ ਜਨਰਲ ਡਾਇਰ ਤਾਂ ਦੇਖੋ ਆਪ ਹੀ ਮਰ ਗਿਆ ਸੀਗਾ। ਠੀਕ ਹੈ ਜੀ, ਓਕੇ ਜੀ, ਮੋਟਾ ਸਿੰਘ, ਠੀਕ ਹੈ ਜੀ, ਵੈਲਕਮ ਬੈਕ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਤਾਂ ਊਧਮ ਸਿੰਘ ਨੇ ਗੋਲੀ ਮਾਰੀ ਸੀ ਬਈ, ਠੀਕ ਹੈ ਜੀ, ਅਤੇ ਬਾਅਦ ਦੇ ਵਿੱਚ ਇਹਨਾਂ ਨੂੰ ਫਾਂਸੀ ਚੜ੍ਹਾ ਦਿੱਤਾ ਗਿਆ ਸੀ ਬਈ। ਊਧਮ ਸਿੰਘ ਸੁਨਾਮ ਦੇ ਰਹਿਣ ਵਾਲੇ ਸੀਗੇ। ਚਲੋ 46 ਨੰਬਰ ਕੁਸਚਨ ਦੇਖਦੇ ਆ, ਕਹਿੰਦੇ ਜੀ ਹੇਠ ਲਿਖਿਆਂ ਵਿੱਚੋਂ ਕੌਣ ਉਗਰਪੰਥੀ ਨਹੀਂ ਸੀਗਾ? ਤਾਂ ਉਗਰਵਾਦੀ ਨਹੀਂ ਸੀ ਇਹਨਾਂ ਵਿੱਚੋਂ, ਦੇਖੋ ਬਾਲ ਗੰਗਾਧਰ ਤਿਲਕ ਵੀ ਉਗਰਵਾਦੀ ਸੀ, ਮਦਨ ਲਾਲ ਵੀ ਉਗਰਵਾਦੀ ਸੀਗੇ, ਸ਼ਹੀਦ ਊਧਮ ਸਿੰਘ ਵੀ ਉਗਰਵਾਦੀ ਸੀਗੇ, ਇਹਨਾਂ ਵਿੱਚੋਂ ਗੋਪਾਲ ਕ੍ਰਿਸ਼ਨ ਗੋਖਲੇ ਜਿਹੜੇ ਸੀਗੇ ਉਹ ਨਰਮ ਪੰਥੀ ਨੂੰ ਬਿਲੋਂਗ ਕਰਦੇ ਸੀ। ਇਹ ਕੁਸਚਨ ਆਪਾਂ ਪਹਿਲਾਂ ਵੀ ਕਰ ਚੁੱਕੇ ਹੈਗੇ, ਠੀਕ ਹੈ। ਚਲੋ ਹਾਂਜੀ, ਲੰਡਨ ਦੇ ਵੀ ਫਾਂਸੀ ਹੋਈ ਸੀ ਇਹਨਾਂ ਨੂੰ, ਵੈਰੀ ਗੁੱਡ, ਸ਼ਾਬਾਸ਼। ਮੁਜ਼ੱਫਰਪੁਰ ਬੰਬ ਕਾਂਡ ਦਾ ਸੰਬੰਧ ਇਹਨਾਂ ਵਿੱਚੋਂ ਕਿਸ ਨਾਲ ਸੀ? ਠੀਕ ਹੈ ਜੀ, ਮੁਜ਼ੱਫਰਪੁਰ ਬੰਬ, ਠੀਕ ਹੈ, ਤਾਂ ਇਹ ਇੱਕ 1908 ਦੇ ਵਿੱਚ ਘਟਨਾ ਵਾਪਰੀ ਸੀ ਬਈ। ਮੁਜ਼ੱਫਰਪੁਰ ਦਾ ਜਿਹੜਾ ਇੱਕ ਜੱਜ ਸੀਗਾ ਉਹਦਾ ਨਾਂ ਸੀ ਕਿੰਗਸਫੋਰਡ, ਉਹਦੇ ਉੱਪਰ ਇਹਨਾਂ ਨੇ ਬੰਬ ਸੁੱਟਿਆ ਸੀਗਾ। ਅਤੇ ਤਾਂ ਕਿਹਨੇ ਕਿਹਨੇ ਬੰਬ ਸੁੱਟਿਆ ਸੀ ਬਈ? ਇਹ ਤਾਂ ਇੱਕ ਪ੍ਰਫੁੱਲ ਚਾਕੀ ਸੀਗੀ, ਇੱਕ ਰਾਸ ਬਿਹਾਰੀ ਘੋਸ ਸੀਗੇ ਸ਼ਾਇਦ ਇਹਦੇ ਵਿੱਚ, ਠੀਕ ਹੈ ਜੀ, ਰਾਸ ਬਿਹਾਰੀ ਘੋਸ ਸੀਗੇ ਜਿਹੜੇ ਬਾਅਦ ਦੇ ਵਿੱਚ ਸ਼ਾਇਦ ਨਹੀਂ ਮਤਲਬ ਚਲੇ ਗਏ ਸੀ, ਉਹ ਜਪਾਨ ਚਲੇ ਗਏ ਸੀਗੇ ਨਾ, ਤਾਂ ਪ੍ਰਫੁੱਲ ਚਾਕੀ ਦਾ ਸੰਬੰਧ ਇਹਦੇ ਨਾਲ, ਠੀਕ ਹੈ। 47 ਦਾ ਆਂਸਰ ਆਊਗਾ ਜੀ ਪ੍ਰਫੁੱਲ ਚਾਕੀ, ਤਾਂ ਸੀ ਆਊਗਾ ਵੀ ਇਹਦਾ ਆਂਸਰ। ਅੱਗੇ ਦੇਖਦੇ ਹਾਂ 48 ਨੰਬਰ ਕੁਸਚਨ, ਦੇਖੋ ਕੀ ਕਹਿੰਦਾ ਹੈਗਾ। ਹੇਠ ਲਿਖਿਆਂ ਵਿੱਚੋਂ ਕਿਸ ਨੂੰ ਭਾਰਤੀ ਕ੍ਰਾਂਤੀਕਾਰੀ ਦੀ ਜਨਨੀ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ? ਇਹ ਬੜੀ ਅਮੀਰ ਪਰਿਵਾਰ ਦੇ ਵਿੱਚ ਪੈਦਾ ਹੋਈ ਸੀ ਬਈ, ਇਹ ਪਾਰਸੀ ਪਰਿਵਾਰ ਨੂੰ ਬਿਲੋਂਗ ਕਰਦੀ ਸੀਗੀ, ਠੀਕ ਹੈ, ਅਤੇ ਗਈ ਤਾਂ ਪੜ੍ਹਨ ਦੇ ਇਰਾਦੇ ਨਾਲ ਸੀ, ਪਰ ਇਹ ਕ੍ਰਾਂਤੀਕਾਰੀਆਂ ਸੰਪਰਕ ਦੇ ਵਿੱਚ ਆ ਕੇ ਫਿਰ ਇਹਨਾਂ ਨੇ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਵਿੱਚ ਭਾਗ ਲੈਣਾ ਸੀ ਉਹ ਸ਼ੁਰੂ ਕਰਤਾ ਸੀਗਾ, ਠੀਕ ਹੈ। ਅਤੇ ਫਿਰ ਇਹਨਾਂ ਨੇ ਜਰਮਨੀ ਦੇ ਵਿੱਚ ਭਾਰਤੀ ਸੁਤੰਤਰਤਾ ਦਾ ਝੰਡਾ ਵੀ ਲਹਿਰਾਇਆ ਸੀਗਾ, ਠੀਕ ਹੈ। ਅਤੇ ਕੌਣ ਸੀ ਜੀ? ਮੈਡਮ ਭੀਮਾ ਜੀ ਕਾਮਾ, ਠੀਕ ਹੈ ਜੀ, ਆਂਸਰ ਇਹਦਾ ਆਊਗਾ ਜੀ 48 ਦਾ, ਸਾਡਾ ਸੀ ਆਂਸਰ ਆਜੂਗਾ ਇਹਦਾ। ਚਲੋ ਅੱਗੇ ਵੱਧਦੇ ਹਾਂ, ਦੇਖਦੇ ਹਾਂ ਕੁਸਚਨ ਕੀ ਕਹਿੰਦਾ ਜੀ। 49 ਨੰਬਰ ਕੁਸਚਨ ਕਹਿੰਦਾ, ਕਿਸਨੇ ਕਿਹਾ ਸੀ ਆਲੋਚਨਾ ਅਤੇ ਆਜ਼ਾਦ ਸੋਚ ਇੱਕ ਕ੍ਰਾਂਤੀਕਾਰੀ ਦੀਆਂ, ਕ੍ਰਾਂਤੀਕਾਰੀ ਹੈ ਬਈ, ਕ੍ਰਾਂਤੀਕਾਰੀ ਦੀਆਂ ਦੋ ਵਿਸ਼ੇਸ਼ਤਾਵਾਂ ਹਨ, ਆਲੋਚਨਾ ਅਤੇ ਆਜ਼ਾਦ ਸੋਚ ਇੱਕ ਕ੍ਰਾਂਤੀਕਾਰੀਆਂ ਦੀ ਮਤਲਬ ਦੋ ਵਿਸ਼ੇਸ਼ਤਾਵਾਂ ਹਨ, ਆਲੋਚਨਾ ਵੀ ਹੈ ਅਤੇ ਆਜ਼ਾਦ ਸੋਚ ਵੀ ਇੱਕ ਕ੍ਰਾਂਤੀਕਾਰੀ ਦੀ, ਠੀਕ ਹੈ ਜੀ। ਤਾਂ ਇਹ ਕਿਹਦੇ ਵਰਡ ਸੀ ਬਈ? ਇਹ ਸ਼ਹੀਦ ਭਗਤ ਸਿੰਘ ਦੇ ਵਰਡ ਸੀਗੇ ਜੀ, ਸਰਦਾਰ ਭਗਤ ਸਿੰਘ ਦੇ ਵਰਡ ਸੀਗੇ ਇਹ, ਸਟੂਗਾਰਟ ਦੇ ਵਿੱਚ ਜਰਮਨੀ ਦੇ ਵਿੱਚ ਆਈ ਸ਼ਹਿਰ ਇਹ। ਤਾਂ ਕਿਸਨੇ ਕਿਹਾ ਸੀ ਆਲੋਚਨਾ ਅਤੇ ਆਜ਼ਾਦ ਸੋਚ ਕ੍ਰਾਂਤੀਕਾਰੀ ਦੀਆਂ, ਠੀਕ ਹੈ ਜੀ। ਤਾਂ ਇਹ ਇਨਕਲਾਬ ਜਿੰਦਾਬਾਦ, ਜਿਹੜੀ ਇਨਕਲਾਬ ਦੀ ਤਲਵਾਰ ਉਹ ਵਿਚਾਰਾਂ ਦੀ ਸਾਂਤ 'ਤੇ ਤਿੱਖੀ ਹੁੰਦੀ ਹੈ ਨਾ, ਤਾਂ ਕਾਫੀ ਸਾਰੇ ਵਰਡ ਸੀਗੇ ਇਹ। ਤਾਂ ਇਹਦਾ ਆਊਗਾ ਜੀ ਆਂਸਰ ਭਗਤ ਸਿੰਘ ਦੁਆਰਾ ਹੀ ਕਹੇ ਗਏ ਨੇ ਸ਼ਬਦ ਇਹ। 50 ਨੰਬਰ ਕੁਸਚਨ ਦੇਖਦੇ ਹਾਂ ਕੀ ਕਹਿੰਦਾ ਇਹ। 50 ਨੰਬਰ ਕੁਸਚਨ ਦੇਖੋ ਬਈ, ਇਹਨਾਂ ਵਿੱਚੋਂ ਉਹ ਕਿਹੜਾ ਭਾਰਤੀ ਸੀ ਜਿਸ ਨੂੰ ਪੱਤਰਕਾਰ ਦੇ ਰੂਪ ਦੇ ਵਿੱਚ ਆਪਣੀ ਜ਼ਿੰਮੇਵਾਰੀ ਦੇ ਲਈ ਜੇਲ੍ਹ ਭੇਜ ਦਿੱਤਾ ਗਿਆ ਸੀਗਾ, ਠੀਕ ਹੈ ਜੀ। ਹਾਂਜੀ ਹਾਂਜੀ ਸਨਵੀ, ਬਿਲਕੁਲ ਠੀਕ ਹੈ, ਮੈਂ ਤੁਹਾਡਾ ਤੁਹਾਨੂੰ ਪ੍ਰੋਮਿਸ ਕਰਦਾ ਬਾਈ, ਠੀਕ ਹੈ ਜੀ, ਅਤੇ ਤੁਹਾਡਾ ਸਾਥ ਬਿਲਕੁਲ ਨਹੀਂ ਛੱਡਾਂਗੇ ਲਾਸਟ ਤੱਕ, ਜਦੋਂ ਤੱਕ ਸਿਲੈਕਸ਼ਨ ਨਹੀਂ ਹੁੰਦੀ ਹੈਗੀ, ਤੁਹਾਡੇ ਨਾਲ ਜੁੜੇ ਰਹਾਂਗੇ, ਬਿਲਕੁਲ ਜੁੜੇ ਰਹਾਂਗੇ ਅਸੀਂ, ਠੀਕ ਹੈ, ਅਤੇ ਸਾਡੇ ਨਾਲ ਵੀ ਜੁੜੇ ਰਹੋ ਤੁਸੀਂ, ਆਪਣੇ ਸਾਥੀ ਮਿੱਤਰਾਂ ਨੂੰ ਹੋਰ ਵੀ ਜੋੜਨ ਦੀ ਕੋਸ਼ਿਸ਼ ਕਰੋ, ਠੀਕ ਹੈ। ਮੈਂ ਤਾਂ ਦੇਖੋ ਵਾਅਦਾ ਕੀਤਾ ਤੁਹਾਡੇ ਨਾਲ, ਜਦੋਂ ਮੈਂ ਤੁਹਾਨੂੰ ਪਹਿਲਾਂ ਸਟਾਰਟਿੰਗ ਤੋਂ ਮੇਰੀ ਕਲਾਸਾਂ 'ਚ ਤੁਸੀਂ ਦੇਖਿਆ ਹੋਊਗਾ, ਮੈਂ ਸਾਰਿਆਂ ਨੂੰ ਕਿਹਾ ਹੈਗਾ ਵੀ ਅਸੀਂ ਮੈਂ ਤੁਹਾਡਾ ਸਾਥ ਬਿਲਕੁਲ ਨਹੀਂ ਛੱਡੂਗਾ ਜਦੋਂ ਤੱਕ ਸਿਲੈਕਸ਼ਨ ਨਹੀਂ ਹੋਊਗੀ, ਠੀਕ ਹੈ। ਤਾਂ ਪਰ ਤੁਸੀਂ ਵੀ ਕੰਮ ਕਰੋ ਵੀ ਤੁਸੀਂ ਆਪਣੇ ਸਾਥੀ ਮਿੱਤਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ, ਆਪਣੇ ਗਰੁੱਪਸ ਵਗੈਰਾ ਦੇ ਜਿਹੜੇ ਤੁਹਾਡੇ
ਗਰੁੱਪਸ ਹੋਰ ਵੀ ਚੱਲਦੇ ਨੇ ਤਾਂ ਇਹਨੂੰ ਸਾਡੇ ਚੈਨਲ ਨੂੰ ਥੋੜ੍ਹਾ ਜਿਹਾ, ਵੈਸੇ ਤੁਸੀਂ ਬਹੁਤ ਸਹਿਯੋਗ ਦਿੱਤਾ ਹੈਗਾ, ਠੀਕ ਹੈ ਜੀ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ, ਜੇ ਚੈਨਲ ਦੇ ਉੱਪਰ ਨਵੇਂ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਠੀਕ ਹੈ ਜੀ। ਚਲੋ ਤਾਂ ਇਹਨਾਂ ਵਿੱਚੋਂ ਕਿਹੜਾ ਭਾਰਤੀ ਸੀ ਜਿਹਨੂੰ ਪੱਤਰਕਾਰ ਦੇ ਰੂਪ ਦੇ ਵਿੱਚ, ਤਾਂ ਬਾਲ ਗੰਗਾਧਰ ਤਿਲਕ ਸੀ ਇਹਨਾਂ ਨੇ, ਦੋ ਅਖਬਾਰ ਚਲਾਏ ਸੀ ਉਹ, ਇੱਕ ਫੇਮਸ ਅਖਬਾਰ ਸੀਗਾ ਮਰਾਠਾ, ਠੀਕ ਹੈ, ਕੇਸਰੀ ਅਖਬਾਰ ਸੀਗਾ ਜੀ, ਠੀਕ ਹੈ ਜੀ। ਤਾਂ ਪਹਿਲਾਂ ਆਪਾਂ 60 ਕੁਸਚਨ ਕਰਦੇ ਸੀਗੇ, ਹਾਂਜੀ ਥੋੜ੍ਹਾ ਜਿਹਾ ਮਾਰਕਸ ਦੇ ਵਿਚਾਰਾਂ ਤੋਂ ਹਟ ਕੇ ਸੀ ਥੋੜ੍ਹਾ ਜਿਹਾ ਵੀ ਇਹ, ਠੀਕ ਹੈ, ਇਹ ਵਿਚਾਰਾਂ ਦੇ ਥਰੂ ਕ੍ਰਾਂਤੀ ਲਿਆਉਣਾ ਚਾਹੁੰਦਾ ਸੀਗਾ, ਠੀਕ ਹੈ। ਬਾਕੀ ਜਿਹੜੇ ਮੌਸ ਅਤੇ ਤੁੰਗ ਵਗੈਰਾ ਨੇਗੇ ਉਹ ਆਪਾਂ ਜਿਵੇਂ ਚਾਈਨਾ ਦੇ ਵਿੱਚ ਕ੍ਰਾਂਤੀ ਆਈ ਸੀ ਤਾਂ ਉਹ ਹੋਰ ਤਰੀਕੇ ਦੀ ਕ੍ਰਾਂਤੀ ਦੀ ਗੱਲ ਕਰਦੇ ਸੀਗੇ ਇਹ, ਠੀਕ ਹੈ। ਮਤਲਬ ਮਾਰਕਸਿਜ਼ਮ ਦੇ ਵਿੱਚ, ਕਮਿਊਨਿਜ਼ਮ ਦੇ ਵਿੱਚ ਵੀ ਕਾਫੀ ਸਾਰੇ ਜਿਹੜੇ ਵਿਚਾਰਕ ਨੇ ਉਹ ਅਲੱਗ ਅਲੱਗ ਨੇਗੇ, ਠੀਕ ਹੈ, ਅਤੇ ਇਹਦੇ ਵਿੱਚੋਂ ਭਗਤ ਸਿੰਘ ਦੇ ਵੀ ਆਪਣੇ ਵਿਚਾਰ ਸੀਗੇ, ਠੀਕ ਹੈ। ਮੈਨੂੰ ਲੱਗਦਾ ਵੀ ਕਿਤੇ ਜੇ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਹੋ ਸਕਦਾ ਵੀ ਮਾਰਕਸ ਦੇ ਬਰਾਬਰੀ ਆਪਣੇ ਵਿਚਾਰਾਂ ਨੂੰ ਰੱਖ ਸਕਦਾ ਸੀ ਉਹ, ਠੀਕ ਹੈ ਜੀ। ਹਾਂਜੀ ਤਾਂ ਇਹ ਇਹਦਾ ਆਨਸਰ ਆਜੂਗਾ ਜੀ ਇਹ, ਅਤੇ ਆਪਾਂ ਕੱਲ੍ਹ ਆਪਾਂ ਇੱਕ ਦੇਖਾਂਗੇ, ਇਸ ਤੋਂ ਬਾਅਦ ਜਿਹੜੀਆਂ ਸਾਡੀ ਮੁਸਲਿਮ ਲੀਗ ਵਗੈਰਾ ਸਥਾਪਿਤ ਹੋਈਆਂ ਨੇਗੀਆਂ ਤਾਂ ਕੰਟੀਨਿਊ ਕਰ ਦਾਂਗੇ ਜੀ, ਕੋਈ ਗੱਲ ਨਹੀਂ, ਕੱਲ੍ਹ ਦੇਖ ਲੈਂਦੇ ਆਪਾਂ ਨਰਿੰਦਰ, 60 ਕੁਸਚਨ ਹੀ ਕਰ ਦਾਂਗੇ ਆਪਾਂ ਇਸ ਤੋਂ ਬਾਅਦ, ਤਾਂ ਕੋਈ ਗੱਲ ਨਹੀਂ, ਵਧਾ ਦਿੰਦੇ ਕੁਸਚਨ ਤੁਹਾਡੇ ਹੋਰ ਵੀ, ਠੀਕ ਹੈ ਜੀ। ਅਤੇ ਕਲਾਸ ਕਿਵੇਂ ਲੱਗੀ ਹੈ ਵੀ ਅੱਜ ਦੀ, ਤੁਹਾਨੂੰ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਾਂਦੇ ਜਾਂਦੇ ਪਲੀਜ਼ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਥੀ ਮਿੱਤਰਾਂ ਤੱਕ, ਹਾਂਜੀ। ਠੀਕ ਹੈ ਜੀ, ਚਲੋ ਮਿਲਦੇ ਹਾਂ ਫਿਰ ਆਪਾਂ ਨਵੀਂ ਕਲਾਸ ਦੇ ਨਾਲ, ਵੈਰੀ ਗੁੱਡ ਮਨਪ੍ਰੀਤ, ਚਲੋ ਥੈਂਕ ਯੂ ਬੀਨੂ, ਅਤੇ ਕੱਲ੍ਹ ਫਿਰ ਮੁਲਾਕਾਤ ਕਰਦੇ ਹਾਂ ਆਪਾਂ, ਹਾਂ ਹਾਂ 60 ਕਰਾਵਾਂਗੇ, ਕੋਈ ਗੱਲ ਨਹੀਂ, ਕੁਸਚਨ 60 ਹੀ ਕਰਾ ਦਾਂਗੇ, ਕੱਲ੍ਹ ਤੋਂ 60 ਹੋਣਗੇ, ਠੀਕ ਹੈ, ਚਲੋ 60 ਹੋਣਗੇ, ਠੀਕ। ਇਹ ਟੋਪਿਕ ਐਂ ਸੀ ਵੀ ਚਲੋ ਇੱਕ ਸੀਰੀ ਚੱਲ ਰਹੀ ਹੈ ਇਹਨਾਂ ਇਹਦੀ, ਇਸ ਕਰਕੇ ਮੈਂ ਥੋੜ੍ਹੇ ਕੁਸਚਨ ਘਟਾ ਦਿੱਤੇ ਸੀ, ਕੱਲ੍ਹ ਤੋਂ ਆਪਾਂ 60 ਕਰਦੇ ਹਾਂ ਕੁਸਚਨ, ਚਲੋ ਮਿਲਦੇ ਹਾਂ ਫਿਰ ਆਪਾਂ ਨਵੀਂ ਕਲਾਸ ਦੇ ਨਾਲ, ਥੈਂਕ ਯੂ ਵੈਰੀ ਮੱਚ ਜੁੜਨ ਦੇ ਲਈ, ਸਾਰਿਆਂ ਨੂੰ ਗੁੱਡ ਨਾਈਟ, ਮਿਲਦੇ ਹਾਂ ਨਵੀਂ ਕਲਾਸ ਦੇ ਨਾਲ, ਤਦ ਤੱਕ ਲਈ ਬਾਏ, ਥੈਂਕ ਯੂ।